ਗਹਿਰਾਈਆਂ ਦੀ ਗੱਲ ਹੋ ਰਹੀ ਹੈ, ਗਹਿਰੇ ਤਾਂ ਪਾਣੀ ਵੀ ਬਹੁਤ ਨੇ, ਗਹਿਰਾਈਆਂ ਹੋਣੀਆਂ ਵੀ ਚਾਹੀਦੀਆਂ। ਔਰ ਹੁਣ ਦੁਨੀਆਂ ਦੇ ਸਾਹਮਣੇ ਇੱਕ ਸੰਕਟ ਬਹੁਤ ਗਹਿਰਾ। ਉਦੋਂ ਪਹਿਲਾਂ ਆਪਾਂ ਉਹਦੀ ਗੱਲ ਛੇੜੀਏ, ਧੰਨਵਾਦ ਕਰ ਦਈਏ ਉਹਨਾਂ ਸੱਜਣਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਇਹ ਗੱਲਬਾਤ ਸਾਡੀ ਤੁਹਾਡੀ ਹੋ ਰਹੀ ਹੈ। ਕਾਰਨ ਸਪਸ਼ਟ ਹੈ ਜੀ, ਕਿਉਂਕਿ ਉਹ ਲੋਕ ਜਿਹੜੇ ਸਾਨੂੰ ਸਪਾਂਸਰ ਕਰਦੇ ਆ, ਚਾਹੇ ਬਾਈ ਸੁਖਮਿੰਦਰ ਸਿੰਘ ਸੁੱਖਾ ਸੰਧੂ ਸਾਹਿਬ ਹੋਣ ਜਿਹੜੇ ਅੱਜ ਸਪਾਂਸਰ ਕਰਦਾ, ਜਾਂ ਕੁਲਦੀਪ ਸਿੰਘ ਬਾਠ, ਉਨ੍ਹਾਂ ਦੇ ਸਹਿਯੋਗ ਦੇ ਸਦਕਾ ਪੰਨੂ ਸਾਹਿਬ ਦਾ ਸ਼ੋਅ ਤੁਹਾਡੇ ਤੱਕ ਪਹੁੰਚਦਾ। ਇਸ ਵਕਤ ਪੰਨੂ ਸਾਹਿਬ ਨੂੰ ਆਪਣੀ ਸਾਂਝ ਪਈ ਹੋਈ ਹੈ, ਸਿੱਧਾ ਜਲੰਧਰ ਜੁੜਦੇ ਜੀ। ਪੰਨੂ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਸੁਖਨਾਥ ਜੀ, ਸਤਿ ਸ੍ਰੀ ਅਕਾਲ। ਠੀਕ ਹੋ ਪੰਨੂ ਸਾਹਿਬ? ਕੀ ਆਖੀ, ਅੱਲਾ ਦਾ ਫਜ਼ਲ ਆ ਜੀ। ਇਸ ਵੇਲੇ ਜਿਹੜਾ ਹੈਗਾ ਨਾ, ਦਮ ਦਮ ਦੀ ਗੱਲ ਹੈ। ਜਿਹੜਾ ਗੁਰੂ ਨਾਨਕ ਸਾਹਿਬ ਕਹਿੰਦੇ ਸੀ, ਹਮ ਆਦਮੀ ਹੈ ਏਕ ਦਮੀ, ਮੋਹਲਤ ਮੋਤ ਨਾ ਜਾਣਾ। ਜਿਹੜਾ ਬੰਦਾ ਕੱਲ ਤੱਕ ਠੀਕ ਹੈ, ਚੌਕ ਚ ਖਲੋ ਕੇ ਮੋਢੇ ਤੇ ਸਟਾਰ ਲਾ ਕੇ ਡਿਊਟੀ ਕਰਦਾ, ਸ਼ਾਮ ਤੱਕ ਪਤਾ ਲੱਗਦਾ ਕਿ ਉਹ ਬਿਮਾਰ ਹੈ, ਅੱਧੀ ਰਾਤ ਨੂੰ ਪਤਾ ਲੱਗਦਾ ਕਰੋਨਾ ਪਾਜ਼ਿਟਿਵ ਹੈ, ਮੁੜ ਕੇ ਉਹਨੂੰ ਵੈਂਟੀਲੇਟਰ ਤੇ ਪਾ ਦਿੱਤਾ ਜਾਂਦਾ। ਜਿਹੜੇ ਦੌਰ ਚੋਂ ਅਸੀਂ ਲੰਘਦੇ ਪਏ, ਇਹਦੇ ਵਿਚ ਘੜੀ ਪਲ ਦਾ ਕੋਈ ਵਸਾਰ ਨਹੀਂ। ਹਰ ਕਿਸੇ ਨੂੰ ਇਸ ਮਾਮਲੇ ਚ ਸੁਚੇਤ ਰਹਿਣਾ ਚਾਹੀਦਾ ਤੇ ਮੈਂਟਲੀ ਪ੍ਰਪੇਅਰਡ ਰਹਿਣਾ ਚਾਹੀਦਾ ਕਿ ਕਿਸੇ ਵਕਤ ਵੀ, ਜਿਹੜੇ ਉਹ ਬਾਬਾ ਫਰੀਦ ਕਹਿੰਦੇ ਸੀ, ਕੇਲ ਕਰਿੰਦੇ ਹੰਝਨੋ ਅਚਿੰਤੇਬਾਜ ਪਏ, ਕਿ ਚਿੰਤੇਬਾਜ ਕਦੋਂ ਕਿਹਨੂੰ ਝਪੱਟਾ ਮਾਰ ਲੈਣ। ਇਸ ਗੱਲ ਵਾਸਤੇ ਸਾਰਿਆਂ ਨੂੰ ਚੌਕਸ ਵੀ ਰਹਿਣਾ ਚਾਹੀਦਾ, ਤਿਆਰ ਵੀ ਰਹਿਣਾ ਚਾਹੀਦਾ, ਤੇ ਜਿੰਨਾ ਹੋ ਸਕੇ ਸਭ ਤੋਂ ਵੱਡੀ ਗੱਲ ਹੈ ਆਪੋ ਆਪਣਾ ਬਚਾਅ ਕਰਨਾ ਚਾਹੀਦਾ, ਕਿਉਂਕਿ ਸਾਵਧਾਨੀ ਤੋਂ ਵੱਡਾ ਇਲਾਜ ਕੋਈ ਨਹੀਂ ਹੋ ਸਕਦਾ। ਜੀ ਬਿਲਕੁਲ, ਤੇ ਪੰਨ ਸਾਹਿਬ ਸਾਵਧਾਨੀ ਹੀ ਹੈ ਜਿਹੜੀ ਵਰਤੀ ਜਾਣੀ ਚਾਹੀਦੀ ਹੈ, ਪਰ ਦੁਨੀਆਂ ਪੂਰੀ ਸਾਵਧਾਨ ਹੋਈ ਪਈ ਹੈ। ਕਰੋਨਾ ਪਾਜ਼ਿਟਿਵ ਦੇ ਕੇਸਿਸ ਹੈ ਜਿਹੜੇ 2 ਮਿਲੀਅਨ ਦੇ ਨੇੜੇ ਤੇੜੇ ਨੇ, ਹੁਣ ਤਾਂ ਅੰਕੜਾ ਵੱਧਦਾ ਜਾ ਰਿਹਾ, ਔਰ ਵੱਡਾ ਅੰਕੜਾ ਜਿਹੜਾ ਨਿਊਯਾਰਕ ਤੋਂ। ਦੇਖੋ, ਜਿਹੜੇ ਅਮਰੀਕਾ ਦੇ ਵਿਚ ਬਿਮਾਰੀ ਸਾਰਿਆਂ ਤੋਂ ਬਾਅਦ ਗਈ ਜੀ, ਉਹ ਪਹਿਲਾਂ ਇਸ ਬਿਮਾਰੀ ਨੂੰ ਬਹੁਤ ਲਾਈਟਲੀ ਲੈਂਦਾ ਰਿਹਾ, ਕਿਉਂਕਿ ਉਹਨੂੰ ਇਹ ਲੱਗਦਾ ਸੀ ਕਿ ਇਹ ਪਰੇ ਪਰੇ ਦੀ ਗੱਲ ਹੈ, ਬਗਾਨੇ ਘਰ ਦੇ ਵਿਚ ਹੀ ਉਹ ਬਸੰਤਰ ਸਮਝਦਾ ਰਿਹਾ। ਉਹਨੂੰ ਸਮਝਣ ਲੱਗੀ ਕਿ ਸਾਡੇ ਘਰ ਦੇ ਵਿਚ ਵੀ ਅੱਗ ਆ ਸਕਦੀ ਹੈ ਜੀ, ਉਹਦੀ ਉਸ ਲਾਪਰਵਾਹੀ ਨੇ ਮਰਵਾ ਦਿੱਤਾ। ਬੜੇ ਲੋਕ ਕਹਿੰਦੇ ਆ ਜੀ, ਇਹੋ ਜਿਹੇ ਦੌਰ ਦੇ ਵਿਚ ਵੀ ਜਿਹੜਾ ਡੋਨਲਡ ਟਰੰਪ ਹੈ ਆਪਣੇ ਦੇਸ਼ ਦੀ ਇਕਾਨਮੀ ਨੂੰ ਬਚਾਈ ਜਾਂਦਾ ਜੀ। ਮੇਰਾ ਖਿਆਲ ਉਹਦੇ ਮਨ ਵਿਚ ਇਕਾਨਮੀ ਦੀ ਭਾਵਨਾ ਹੀ ਇੰਨੀ ਭਾਰੂ ਰਹੀ ਕਿ ਉਹਨੇ ਬਾਕੀ ਗੱਲਾਂ ਵਾਲੇ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ ਜਿਹੜਾ ਦੇਣਾ ਚਾਹੀਦਾ ਸੀ ਜੀ। ਜੋ ਧਿਆਨ ਦਿੱਤਾ ਹੁੰਦਾ ਤੇ ਇਥੋਂ ਤੱਕ ਗੱਲ ਹੀ ਨਹੀਂ ਸੀ ਜਾ ਸਕਦੀ, ਉਹ ਤਾਂ ਧਿਆਨ ਨਾ ਦੇਣ ਕਰਕੇ ਬਹੁਤ ਕਸੂਤੇ ਫਸ ਗਏ। ਹੁਣ ਰਿਪੋਰਟਾਂ ਇਹ ਆਉਂਦੀਆਂ ਪਈਆਂ ਨੇ ਕਿ ਜਦੋਂ ਚਾਈਨਾ ਦੇ ਵਿਚ ਬਿਮਾਰੀ ਉੱਠੀ ਤੇ ਉਹਨੇ ਇਹ ਸੋਚਿਆ ਕਿ ਚੀਨ ਫਸਿਆ ਤੇ ਅਸੀਂ ਇਥੋਂ ਲਾਭ ਲੈ ਲਈਏ, ਆਪਣੇ ਦੇਸ਼ ਦੀਆਂ ਕੰਪਨੀਆਂ ਦੇ ਰਾਹੀਂ ਮੈਡੀਕਲ ਲਾਈਨ ਦੇ ਵਿਚ ਜਿਹੜੇ ਇੰਸਟਰੂਮੈਂਟ ਚਾਹੀਦੇ ਨੇ, ਜਿਹੜੀਆਂ ਕਿੱਟਾਂ ਚਾਹੀਦੀਆਂ ਨੇ, ਜੋ ਕੁਝ ਸੀਗਾ ਉਹ ਸਾਰਾ ਕੁਝ ਇੰਨੀ ਵੱਡੀ ਪੱਧਰ ਦੇ ਉੱਤੇ ਉਧਰ ਨੂੰ ਐਕਸਪੋਰਟ ਕੀਤਾ ਕਿ ਜਿੰਨਾ ਪਿਛਲੇ 10 ਸਾਲਾਂ ਚ ਨਹੀਂ ਸੀ ਕੀਤਾ ਗਿਆ। ਉਹ ਅੰਕੜੇ ਵੇਖ ਕੇ ਹੈਰਾਨ ਹੋਈਦਾ ਕਿ ਇੰਨਾ ਮਾਲ 2 ਮਹੀਨਿਆਂ ਦੇ ਵਿਚ ਵਿਚ ਚੀਨ ਸੁੱਟਤਾ ਕਿ ਹੁਣ ਫਟਾਫਟ ਮਾਲ ਵੇਚ ਲਓ, ਤੇ ਜਦੋਂ ਆਪਣੇ ਘਰ ਚ ਆਈ ਇੱਥੇ ਨਾ ਵੈਂਟੀਲੇਟਰ ਪੂਰੇ, ਨਾ ਕਿੱਟਾਂ ਪੂਰੀਆਂ ਨੇ, ਨਾ ਬਾਕੀ ਸਮਾਨ ਪੂਰਾ। ਮੈਨੂੰ ਕੱਲ ਇਕ ਸੱਜਣ ਦਾ ਫੋਨ ਆਇਆ ਜਿਹੜਾ ਸਾਡਾ ਸਰੋਤਾ ਵੀ ਹੈ ਜੀ, ਉਹ ਮੈਨੂੰ ਕਹਿੰਦਾ ਜੀ ਮੈਂ ਤੁਹਾਡੀਆਂ ਰਿਪੋਰਟਾਂ ਸੁਣਦਾ, ਤੁਸੀਂ ਅਮਰੀਕਾ ਨੂੰ ਜ਼ਰੂਰਤ ਤੋਂ ਜ਼ਿਆਦਾ ਕੰਡੈਮ ਕਰ ਰਹੇ। ਮੈਂ ਕਿਹਾ ਕੰਡੈਮ ਨਹੀਂ ਕਰ ਰਹੇ, ਅਸੀਂ ਤਾਂ ਸਿਰਫ ਹਕੀਕਤਾਂ ਦੀ ਗੱਲ ਕਰਦੇ ਹਾਂ ਜੀ। ਕਹਿੰਦੇ ਤੁਹਾਨੂੰ ਪਤਾ ਡੋਨਲਡ ਟਰੰਪ ਨੇ ਆਪਣੀ ਆਰਮੀ ਦਾ ਇਕ ਸ਼ਿਪ ਵੀ ਲਿਆ ਕੇ ਸਮੁੰਦਰ ਕੰਢੇ ਖੜਾ ਕਰਤਾ ਤਾਂ ਕਿ ਕੋਰੋਨਾ ਵਾਇਰਸ ਦੇ ਜਿਹੜੇ ਪੀੜਤ ਨੇ ਉਨ੍ਹਾਂ ਨੂੰ ਉਥੇ ਅੰਦਰ ਹਸਪਤਾਲ ਬਣਾ ਕੇ ਤੇ ਉਥੇ ਵੀ ਰੱਖਿਆ ਜਾ ਸਕੇ। ਮੈਂ ਕਿਹਾ ਉਹ ਸ਼ਿਪ ਦੇ ਵਿਚ ਕਿੰਨੇ ਬੰਦੇ ਆ ਜਾਣਗੇ? 3,000 ਆ ਜਾਣਗੇ, 4,000 ਆ ਜਾਣਗੇ। ਜਿਹੜੇ ਅਮਰੀਕਾ ਦੇ ਵਿਚ 24 ਘੰਟਿਆਂ ਚ 4,400 ਬੰਦੇ ਮਰ ਗਏ ਨੇ, ਉਹਦੇ ਵਿਚ ਮੈਂ ਕਿਹਾ ਜੇ ਜਾ ਕੇ ਤੇ ਇੰਨੇ ਕੁ ਬੰਦੇ ਇਕ ਸ਼ਿਪ ਦੇ ਵਿਚ ਰੱਖ ਵੀ ਹੋ ਦੇਣ ਤੇ ਫਰਕ ਕੀ ਪੈਂਦਾ ਪਿਆ? ਅਸੀਂ ਜਦੋਂ ਦੁਨੀਆਂ ਦੇ ਦੇਸ਼ਾਂ ਦੀ ਗੱਲ ਕਰਦੇ ਹਾਂ, ਸਭ ਤੋਂ ਵੱਧ ਮੌਤਾਂ ਅਮਰੀਕਾ ਚ ਹੋਈਆਂ ਨੇ 34,641, ਦੂਜੇ ਨੰਬਰ ਤੇ ਇਸ ਵੇਲੇ ਤੱਕ ਇਟਲੀ ਚ 22,170 ਨੇ, ਸਪੇਨ ਤੀਜੇ ਨੰਬਰ ਤੇ 19,315, ਫਰਾਂਸ ਚੌਥੇ ਨੰਬਰ ਤੇ 17,920 ਹੈ, ਯੂਕੇ ਪੰਜਵੇਂ ਦੇ ਉੱਤੇ ਆ 14,576। ਪਰ ਇਹ ਯੂਕੇ ਚੌਥੇ ਪੰਜਵੇਂ ਨੰਬਰ ਤੇ ਕੱਲ ਸੀ, ਅੱਜ ਹੁਣ ਇਹਦੇ ਨਾਲੋਂ ਵੱਧ ਜਿਹੜਾ ਨਿਊਯਾਰਕ ਹੈ ਉਸ ਸਟੇਟ ਕੱਲੀ ਚ ਯੂਕੇ ਨਾਲੋਂ ਵੀ ਵੱਧ 16,106 ਮੌਤਾਂ ਹੋ ਚੁੱਕੀਆਂ ਨੇ। ਜੇ ਇਹ ਹਾਲਤ ਹੋਵੇ
ਕਿ ਚਾਰ ਦੇਸ਼ ਨੇ ਅਮਰੀਕਾ, ਇਟਲੀ, ਸਪੇਨ ਤੇ ਫਰਾਂਸ, ਤੇ ਪੰਜਵੇਂ ਥਾਂ ਦੇ ਉੱਤੇ ਕਿਸੇ ਦੇਸ਼ ਦਾ ਨਾਂ ਨਾ ਆਵੇ ਤੇ ਉਹਦੀ ਥਾਂ ਤੇ ਨਿਊਯਾਰਕ ਸਟੇਟ ਲਿਖੀ ਹੋਈ ਹੋਵੇ ਤੇ ਜਿਹੜੇ ਉੱਥੇ 16,000 ਲੋਕ ਮਰ ਗਏ ਨੇ ਇਨ੍ਹਾਂ ਵਿਚੋਂ 2/3 ਲੋਕ ਤਾਂ ਨਿਊਯਾਰਕ ਸ਼ਹਿਰ ਵਿਚ ਹੀ ਮਰ ਗਏ ਨੇ। ਇੰਨੇ ਲੋਕ ਮਰਨ ਤੋਂ ਬਾਅਦ ਇਸ ਵੇਲੇ ਉਹਦੇ ਵਾਸਤੇ ਇਕਾਨਮੀ ਦਾ ਸਵਾਲ ਵੱਡਾ ਕਿ ਲੋਕਾਂ ਦਾ? ਇਹ ਲੋਕ ਨੇ ਉਹਨੇ ਲੋਕਾਂ ਨੂੰ ਸਿਰਫ ਵੋਟਾਂ ਹੀ ਸਮਝ ਸਕਿਆ, ਉਹਨੂੰ ਇਨ੍ਹਾਂ ਨੂੰ ਬੰਦੇ ਵੀ ਸਮਝਣਾ ਚਾਹੀਦਾ। ਅਜੇ ਤੱਕ ਸਮੱਸਿਆ ਇਹ ਹੈ ਕਿ ਡੋਨਲਡ ਟਰੰਪ ਇਨ੍ਹਾਂ ਲੋਕਾਂ ਨੂੰ ਲੋਕ ਸਮਝ ਕੇ ਗੱਲ ਨਹੀਂ ਕਰਦਾ। ਜਦੋਂ ਕਹਿੰਦਾ ਕਿ 1-2 ਲੱਖ ਤੇ ਬੰਦੇ ਮਰੀ ਜਾਣੇ ਆ, ਇਹ 1-2 ਲੱਖ ਛੋਟੀ ਜਿਹੀ ਗੱਲ ਹੁੰਦੀ ਆ। ਸਾਡੀ ਗਲੀ ਚ, ਸਾਡੇ ਗੁਆਂਢ ਚ, ਸਾਡੀ ਜਾਣ ਪਛਾਣ ਚ ਇਕ ਮੌਤ ਹੋਈ ਹੋਵੇ ਤੇ ਘਰ ਆ ਕੇ ਰੋਟੀ ਖਾਣ ਨੂੰ ਜੀ ਨਹੀਂ ਕਰਦਾ, ਤੇ ਉਹ ਬੜੇ ਆਰਾਮ ਨਾਲ 1-2 ਲੱਖ ਮੌਤਾਂ ਦੀ ਗੱਲ ਕਰੀ ਜਾ ਰਿਹਾ। ਇਹਦਾ ਮਤਲਬ ਇਹ ਕਿ ਸੰਵੇਦਨਹੀਣਤਾ ਜਿਹੜੀ ਸੈਂਸਿਟੀਵਿਟੀ ਆ ਉਹਦੀ ਘਾਟ ਹੈ, ਨਹੀਂ ਤੇ ਕੋਈ ਦੇਸ਼ ਦਾ ਮੁਖੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰ ਸਕਦਾ। ਦੂਜਾ ਇਹ ਹੈ ਕਿ ਇਹਦੇ ਤੋਂ ਇਲਾਵਾ ਇਟਲੀ ਵਿਚ ਅਜੇ ਵੀ ਕੇਸ ਵੱਧ ਰਿਹਾ, ਬਾਕੀ ਦੇ ਦੇਸ਼ਾਂ ਸਾਰਿਆਂ ਚੋਂ ਇਟਲੀ ਅਜੇ ਤੱਕ ਸਭ ਤੋਂ ਵੱਧ ਮੌਤਾਂ ਚੱਲ ਰਿਹਾ, 22,000 ਤੋਂ ਵੱਧ ਮੌਤਾਂ ਹੋ ਗਈਆਂ ਨੇ। ਤੀਸਰੇ ਨੰਬਰ ਤੇ ਅਮਰੀਕਾ ਤੇ ਇਟਲੀ ਤੋਂ ਬਾਅਦ ਸਪੇਨ ਆਉਂਦਾ, 19,000 ਤੋਂ ਵੱਧ ਮੌਤਾਂ ਉਥੇ ਆ, ਤੇ ਡਰ ਇਸ ਗੱਲ ਦਾ ਕਿ ਅੱਜ ਰਾਤ ਤੱਕ ਉਹ 20,000 ਦੀ ਲਾਈਨ ਕ੍ਰਾਸ ਕਰ ਸਕਦਾ, ਤੀਜਾ ਦੇਸ਼ ਬਣ ਜੁਗਾ 20,000 ਕ੍ਰਾਸ ਕਰਨ ਵਾਲਾ। 30,000 ਤਾਂ ਅਜੇ ਤੱਕ ਇਕੱਲੇ ਅਮਰੀਕਾ ਨੇ ਕ੍ਰਾਸ ਕੀਤੀ ਹੈ, 20 ਕੀਤੀ ਹੈ ਇਟਲੀ ਨੇ, ਪਰ ਅੱਜ ਰਾਤ ਤੱਕ ਲੱਗਦਾ ਕਿ ਸਪੇਨ ਵੀ ਸ਼ਾਇਦ ਇਹ ਲਾਈਨ ਕ੍ਰਾਸ ਕਰ ਜੂ, ਜਿੰਨੇ ਤੇਜ਼ੀ ਨਾਲ ਉਥੇ ਮੌਤਾਂ ਹੋ ਰਹੀਆਂ ਨੇ। ਚੌਥਾ ਜਿਹੜਾ ਫਰਾਂਸ ਹੈ ਉਹ ਅਜੇ 17,920 ਤੇ ਆ। ਇਨ੍ਹਾਂ ਤੋਂ ਬਾਅਦ ਜਿਹੜਾ UK ਆ ਉਹ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ ਔਰ ਹਰ ਪਲ ਵੱਧ ਰਹੀ ਆ। ਹੁਣ ਤੱਕ ਅਸੀਂ ਇਹ ਗਿਣਤੀਆਂ ਮਿਣਤੀਆਂ ਕਰਦੇ ਸਾਂ ਕਿ ਕਿਹੜੇ ਦੇਸ਼ ਦੇ ਵਿਚ ਕਿੰਨੇ ਲੋਕ ਇਹ ਚ ਫਸ ਗਏ, ਕਿੰਨੇ ਲੋਕ ਮਰ ਗਏ, ਕਿੰਨੀ ਰਿਕਵਰੀ ਹੋਈ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਵਰਲਡੋਮੀਟਰ ਅਸੀਂ ਵੇਖਦੇ ਪਏ ਜਿਸ ਚ ਸਾਰੇ ਵੇਰਵੇ ਆਉਂਦੇ ਆ, ਉਸ ਚ ਸਾਰੇ ਦੇਸ਼ਾਂ ਦਾ ਲਿਖਿਆ ਵੀ ਅਮਰੀਕਾ ਵਾਲਿਆਂ ਦੇ 6,00,000 ਕੇਸ ਨੇ, 34,641 ਮੌਤਾਂ ਤੇ 57,844 ਲੋਕ ਰਿਕਵਰ ਹੋਏ ਆ, ਬਿਮਾਰ ਹੋ ਕੇ ਬਚ ਗਏ ਨੇ। ਇੱਦਾਂ ਹੀ ਸਪੇਨ ਦਾ ਸਾਰਿਆਂ ਦਾ ਲਿਖਿਆ। ਜਦੋਂ ਅਸੀਂ UK ਵਾਸਤੇ ਜਾਂਦੇ ਹਾਂ ਤੇ ਉਥੇ ਇਹ ਲਿਖਿਆ ਕਿ 1,08,692 ਕੇਸ ਹੋਏ, ਇਹਦੇ ਚ 14,576 ਵਿਚਾਰੇ ਮਰ ਗਏ, 847 ਯਾਨੀ 850 ਇਕ ਦਿਨ ਚ 24 ਘੰਟਿਆਂ ਚ ਮਰ ਗਏ ਨੇ। ਤੇ ਅਗਲਾ ਖਾਨਾ ਹੁੰਦਾ ਰਿਕਵਰੀ ਦਾ, ਉਥੇ ਲਿਖਿਆ NA ਨਾਟ ਐਪਲੀਕੇਬਲ। ਵੀ ਰਿਕਵਰੀ ਨਾਟ ਐਪਲੀਕੇਬਲ ਕਿੱਦਾਂ ਹੋ ਸਕਦੀ ਹੈ? ਅੱਜ 4 ਦਿਨ ਪਹਿਲਾਂ ਤੱਕ ਜਦੋਂ ਅਸੀਂ ਸੋਮਵਾਰ ਨੂੰ ਪ੍ਰੋਗਰਾਮ ਕੀਤਾ ਸੀ ਉਦੋਂ ਰਿਕਵਰੀ ਇਕ ਖਾਨੇ ਚ ਲਿਖਦੇ ਸੀ ਕਿ ਇੰਨੇ ਲੋਕਾਂ ਦੀ ਰਿਕਵਰੀ ਹੋਈ, ਪਰ ਉਹਦੇ ਤੋਂ ਬਾਅਦ ਇਨ੍ਹਾਂ ਨੇ ਰਿਕਵਰੀ ਲਿਖਣੀ ਬੰਦ ਕਰ ਦਿੱਤੀ। ਕਿਉਂ ਕਰ ਦਿੱਤੀ ਹੈ, ਇਹਦਾ ਕਾਰਨ ਕੀ ਹੈ? ਇਹ ਕਿਸੇ ਨੂੰ ਸਮਝ ਨਹੀਂ ਆ ਰਿਹਾ ਕਿ ਜਿਹੜੇ UK ਵਾਲੇ ਆ, ਬ੍ਰਿਟੇਨ ਵਾਲੇ, ਉਹ ਰਿਕਵਰੀ ਦੇ ਖਾਤੇ ਚ ਕਿਉਂ ਨਹੀਂ ਲਿਖਦੇ ਕੁਛ ਵੀ ਕਿੰਨੇ ਕੁ ਲੋਕ ਰਿਕਵਰ ਹੋਏ? ਜਿਸ ਕਰਕੇ ਰਿਕਵਰੀ ਬਹੁਤ ਜ਼ਿਆਦਾ ਘੱਟ ਹੋ ਰਹੀ। ਅਮਰੀਕਾ ਦੇ ਵਿਚ ਵੀ ਰਿਕਵਰੀ ਕਿੰਨੀ ਕੁ? ਮਸਾਂ 6-7% ਰਿਕਵਰੀ ਹੈ। ਔਰ ਜਿਹੜੇ ਦੇਸ਼ ਬਚੇ ਨੇ, ਹੁਣ ਇਟਲੀ ਅਜੇ ਤੱਕ ਬਚਿਆ ਨਹੀਂ, ਪਰ ਇਟਲੀ ਦੇ ਵਿਚ ਵੀ ਰਿਕਵਰੀ ਜਿਹੜੀ ਉਹ 22% ਹੈ। ਇਹ ਜਿਹੜੇ ਦੇਸ਼ ਬਚੇ ਨੇ ਉਹ ਹੁਣ ਸਾਡੇ ਭਾਰਤ ਵਿਚ ਹੀ ਹੈ। ਅਸੀਂ ਜਦੋਂ ਬਾਕੀਆਂ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਵੱਧ ਰਿਕਵਰੀ ਜਿਹੜੀ ਉਹ ਕੇਰਲਾ ਵਿਚ ਹੈ, 52% ਰਿਕਵਰੀ ਹੈ ਉਹ ਸਟੇਟ ਤਾਂ ਬਚ ਗਈ ਹੈ। ਔਰ ਜਿਹੜਾ 9% ਰਿਕਵਰੀ ਵਾਲਾ ਮਹਾਰਾਸ਼ਟਰ ਉਹ ਮੌਤਾਂ ਚਲੀ ਜਾਂਦਾ। ਇਨ੍ਹਾਂ ਨੂੰ ਅਮਰੀਕਾ ਵਾਲਿਆਂ ਨੂੰ, ਇੰਗਲੈਂਡ ਵਾਲਿਆਂ ਨੂੰ ਇਹ ਖਿਆਲ ਕਰਨਾ ਚਾਹੀਦਾ ਕਿ ਇਨ੍ਹਾਂ ਦੇ ਦੇਸ਼ਾਂ ਚ ਇੰਨੀ ਜਿਹੜੀ ਐਡਵਾਂਸ ਟੈਕਨਾਲੋਜੀ ਹੋਣ ਦੇ ਬਾਵਜੂਦ ਰਿਕਵਰੀ ਕਿਉਂ ਨਹੀਂ ਹੋ ਰਹੀ, ਤੇ ਜੇ ਰਿਕਵਰੀ ਨਾ ਹੋਈ ਲੋਕ ਇਦਾਂ ਹੀ ਮਰਦੇ ਰਹੇ, ਤੇ ਇਹ ਕਿੰਨਾ ਚਿਰ ਲੋਕਾਂ ਨੂੰ ਇਹ ਤਸੱਲੀ ਦੇਣਗੇ? 1-2 ਲੱਖ ਦੀ ਕੋਈ ਗੱਲ ਨਹੀਂ, ਲੋਕਾਂ ਨੂੰ ਤੇ ਦਿਸ ਰਿਹਾ ਕਿ ਕੁਛ ਹੋ ਰਿਹਾ। ਸੋ ਸਥਿਤੀ ਬੜੀ ਗੰਭੀਰ ਹੈ, ਅਮਰੀਕਾ ਵਿਚ ਵੀ ਗੰਭੀਰ ਆ, UK ਚ ਵੀ, ਸਪੇਨ, ਇਟਲੀ, ਫਰਾਂਸ ਵਿਚ ਵੀ। ਹੁਣ ਬਲਕਿ ਇਹ ਹੈ ਕਿ ਬੈਲਜੀਅਮ ਬੜੀ ਤੇਜ਼ੀ ਨਾਲ ਚੜ ਰਿਹਾ, ਹੁਣ ਤੱਕ 5,163 ਮੌਤਾਂ ਉਥੇ ਹੋ ਚੁੱਕੀਆਂ ਨੇ। ਇਰਾਨ ਦੇ ਵਿਚ ਪਹਿਲਾਂ ਬੜੀ ਤੇਜ਼ੀ ਨਾਲ ਮੌਤਾਂ ਹੋਈਆਂ ਸਨ, ਅੱਜ ਕੱਲ ਉਥੇ ਘੱਟ ਹੋ ਰਹੀਆਂ, ਰੋਜ਼ ਤੋਂ 100 ਤੋਂ ਥੱਲੇ ਥੱਲੇ ਹੀ ਆ, ਆ ਪਿਛਲੇ 24 ਘੰਟਿਆਂ ਚ 99 ਹੋਈਆਂ ਨੇ। ਪਰ ਜਿਹੜੇ ਬਾਕੀ ਦੇਸ਼ ਨੇ ਹੁਣ ਉਨ੍ਹਾਂ ਦੇ ਵਿਚ ਜਿਹੜੀਆਂ ਮੌਤਾਂ, ਬੈਲਜੀਅਮ ਚ 24 ਘੰਟਿਆਂ ਚ 306 ਲੋਕ ਮਰ ਗਏ ਆ, ਨੀਦਰਲੈਂਡ ਆ ਉਥੇ 24 ਘੰਟਿਆਂ ਚ 144 ਲੋਕ ਮਰ ਗਏ ਆ। ਇਹ ਦੋ ਦੇਸ਼ ਆ ਜਿਹੜੇ ਪਿੱਛੋਂ ਆਏ ਤੇ ਬੜੀ ਤੇਜ਼ੀ ਨਾਲ ਚੜ ਰਹੇ ਆ, ਇਨ੍ਹਾਂ ਦੇ ਉਤੇ ਲੋਕਾਂ ਦਾ ਧਿਆਨ ਲੱਗਾ ਹੋਇਆ। ਬਿਲਕੁਲ ਸਹੀ ਗੱਲ ਪੰਨੂ ਸਾਹਿਬ ਤੁਹਾਡੀ, ਤੇ ਸਾਡੇ ਗੁਆਂਢੀ ਵੀ ਆ ਜਿਹੜੇ ਇੱਥੇ ਵੀ ਅੰਕੜਾ ਖਰਾਬ ਹੀ ਹੈ ਜੀ। ਪਾਕਿਸਤਾਨ ਦੇ ਵਿਚ ਜੇ ਆਪਾਂ ਦੇਖੀਏ 7,025 ਕੇਸ ਨੇ ਟੋਟਲ,
ਮੌਤਾਂ ਬੇਸ਼ੱਕ 106 ਨਵੇਂ ਕੇਸ ਉਥੇ ਹੋਰ ਜੁੜੇ ਆ, 135 ਮੌਤਾਂ ਹੋਈਆਂ ਨੇ, ਪਰ ਹਾਲਾਤ ਬਦਤਰ ਹੁੰਦੇ ਜਾ ਰਹੇ ਆ ਉਥੇ। ਜਿਹੜੇ ਉਥੇ ਕੇਸ ਨੇ ਉਨ੍ਹਾਂ ਦੇ ਵਿਚ ਤਕਰੀਬਨ 45% ਕੇਸ ਕੱਲੇ ਪੰਜਾਬ ਦੇ ਵਿਚ ਨੇ, ਪਾਕਿਸਤਾਨੀ ਪੰਜਾਬ ਚ। ਹੁਣ ਤੱਕ ਪਾਕਿਸਤਾਨੀ ਪੰਜਾਬ ਦੇ ਵਿਚ 3400 ਦੇ ਕਰੀਬ ਕੇਸ ਨੇ ਜੀ, ਤੇ ਜਿਹੜਾ ਸਾਡਾ ਭਾਰਤੀ ਪੰਜਾਬ ਆ ਉਥੇ 186 ਕੇਸ ਨੇ। ਵਿਚਾਲੇ ਤੇ ਇਕ ਲਕੀਰ ਹੀ ਆ ਨਾ ਵਾਗੇ ਵਾਲੀ ਜੀ, ਸਾਡੇ ਚੜ੍ਹਦੇ ਪਾਸੇ ਸਾਰੇ ਪੰਜਾਬ ਦੇ ਵਿਚ 186 ਕੇਸ ਨੇ। ਜੇ ਇਨ੍ਹਾਂ ਦੇ ਵਿਚ ਹਰਿਆਣਾ ਵੀ ਜੋੜ ਲਓ, ਕਿਉਂਕਿ ਪਹਿਲਾਂ ਪੰਜਾਬ ਦੇ ਵਿਚ ਹੁੰਦਾ ਸੀ, ਤੇ 200 ਕੇਸ ਉਨ੍ਹਾਂ ਦੇ ਲਾ ਲਓ, ਰਲਾ ਕੇ 350 ਤੱਕ ਜਾਂਦੇ ਨੇ। ਪਰ ਜਿਹੜਾ ਪਾਕਿਸਤਾਨੀ ਪੰਜਾਬ ਆ ਉਥੇ 3400 ਕੇਸ ਨੇ। ਸਾਡੇ ਕੋਲ ਅਜੇ ਤੱਕ 15 ਮੌਤਾਂ ਹੋਈਆਂ ਨੇ, ਹਰਿਆਣੇ ਚ ਕੋਈ ਨੀ, ਦੋਵਾਂ ਦੀਆਂ ਰਲਾ ਕੇ 15 ਮੌਤਾਂ ਨੇ। ਪਰ ਪਾਕਿਸਤਾਨੀ ਪੰਜਾਬ ਦੇ ਵਿਚ 34-35 ਮੌਤਾਂ ਹੋ ਚੁੱਕੀਆਂ ਨੇ, ਇੰਨੀਆਂ ਮੌਤਾਂ ਵੀ ਉਥੇ ਹੋ ਰਹੀਆਂ ਨੇ। ਪਾਕਿਸਤਾਨ ਦੀ ਸਿੰਧ ਸਟੇਟ ਦੇ ਵਿਚ 45 ਮੌਤਾਂ ਹੋ ਗਈਆਂ, ਪੰਜਾਬ ਤੋਂ ਵੀ ਵੱਧ, ਹਾਲਾਂਕਿ ਕੇਸ ਪੰਜਾਬ ਤੋਂ ਘੱਟ ਨੇ ਜੀ। ਜਿਹੜੇ ਖੈਬਰ ਪਖਤੂਨਖਵਾ ਸਟੇਟ ਦੇ ਵਿਚ ਪੇਸ਼ਾਵਰ ਵਾਲੇ ਚ, ਜਿੱਥੇ ਰਾਜਧਾਨੀ ਪੇਸ਼ਾਵਰ ਹੈ, ਉਥੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਆਪਣੀ ਪਾਰਟੀ ਦਾ ਰਾਜ ਹੈ, ਪਰ ਉਸ ਸੂਬੇ ਦੇ ਵਿਚ ਕੇਸ ਥੋੜੇ ਆ, ਮੌਤਾਂ ਉਥੇ ਵੀ 42 ਨੇ ਜੀ। ਯਾਨੀ ਪੰਜਾਬ ਨਾਲੋਂ ਵੀ ਵੱਧ ਮੌਤਾਂ ਉਥੇ ਆ, ਕਿਉਂਕਿ ਉਹ ਪਛੜਿਆ ਇਲਾਕਾ। ਇਮਰਾਨ ਖਾਨ ਸਾਹਿਬ ਹੋਰ ਗੱਲਾਂ ਬਹੁਤ ਕਰਦੇ ਨੇ ਜੀ, ਪਰ ਆਪਣੇ ਹਾਲਾਤ ਨਹੀਂ ਸੰਭਾਲ ਰਹੇ। ਇਕ ਤਾਂ ਇਹ ਆ ਕਿ ਇਮਰਾਨ ਖਾਨ ਇਸ ਵੇਲੇ ਖਿਜਿਆ, ਹਰ ਇਕ ਨੂੰ ਟੁੱਟ ਟੁੱਟ ਪੈਂਦਾ। ਕੱਲ ਮੀਟਿੰਗ ਚ ਉਹਨੇ ਆਪਣਾ ਜਿਹੜਾ ਹੈਲਥ ਐਡਵਾਈਜ਼ਰ ਆ ਜੀ, ਉਹਦਾ ਨਾਮ ਮਿਰਜ਼ਾ ਜ਼ਫਰ ਕੁਛ ਇਸ ਤਰ੍ਹਾਂ ਦਾ ਨਾਂ ਜੀ, ਉਹਦੀ ਬਹੁਤ ਝਾੜ ਝੰਬ ਕੀਤੀ, ਤੂੰ ਕਾਹਦਾ ਐਡਵਾਈਜ਼ਰ, ਤੂੰ ਹੁਣ ਤੱਕ ਕੀਤਾ ਕੀ ਹੈ, ਤੂੰ ਅਦਾਲਤ ਵਿਚ ਵੀ ਜਾ ਕੇ ਜਵਾਬ ਨਹੀਂ ਦੇ ਸਕਿਆ, ਤੂੰ ਸਾਡੀ ਬੇਇੱਜ਼ਤੀ ਕਰਾਈ ਹੈ। ਉਹੋ ਜਿਹਾ ਉਹ ਟੀਟ ਹੈ ਕਿ ਇਹੋ ਜਿਹੇ ਮੌਕੇ ਛੱਡ ਕੇ ਤੁਰਨ ਦਾ, ਕਹਿੰਦਾ ਮੈਂ ਚੱਲਿਆ ਜੀ, ਤੁਸੀਂ ਕਰਵਾ ਲਓ ਜੀ ਤੋਂ ਕੰਮ ਕਰਾਉਣਾ। ਇਮਰਾਨ ਖਾਨ ਨੂੰ ਵੀ ਖੁੱਲ ਮਿਲ ਜਾਂਦੀ, ਆਪਣੀ ਮਰਜ਼ੀ ਦਾ ਬੰਦਾ ਲਾ ਦਿੰਦਾ ਜੀ, ਇਹ ਵੀ ਇਸ ਬਲੇਮ ਤੋਂ ਬਚ ਜਾਂਦਾ। ਪਰ ਉਹਨੇ ਵੀ ਆਖਿਆ ਕੋਈ ਗੱਲ, ਲੋਕ ਮਰਦੇ ਮਰੀ ਜਾਣ ਦਿਓ, ਪ੍ਰਧਾਨ ਮੰਤਰੀ ਪਿੱਟ ਦਾ ਪਿੱਟੀ ਜਾਣ ਦਿਓ, 4 ਦਿਨ ਜਿਹੜਾ ਅਹੁਦਾ ਮਿਲਿਆ ਇਹਦੇ ਮਜ਼ੇ ਲਓ, ਛੱਡਣ ਦੀ ਲੋੜ ਕੋਈ ਨਹੀਂ। ਉਥੇ ਹਾਲਾਤ ਕਾਫੀ ਖਰਾਬ ਨੇ। ਹੁਣ ਕੱਲ ਇਕ ਫਲਾਈਟ ਆਈ ਹੈ ਇੰਗਲੈਂਡ ਤੋਂ ਜੀ, ਉਥੇ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਆਉਣਾ ਸੀ, ਅਖੀਰਲੇ ਵਕਤ ਸਾਰੇ ਲੋਕਾਂ ਦੇ ਨਾਂ ਕੱਟ ਕੇ ਸਿਰਫ ਉਨ੍ਹਾਂ ਦੇ ਸ਼ਾਮਲ ਕੀਤੇ ਜਿਨ੍ਹਾਂ ਦੀ ਸਿਫਾਰਿਸ਼ ਮਨਿਸਟਰਾਂ ਨੇ ਕੀਤੀ ਸੀ ਜੀ। ਕੁਝ ਮਨਿਸਟਰਾਂ ਦੇ ਨੇੜਲੇ ਨੇ, ਕੁਝ ਉਨ੍ਹਾਂ ਦੇ ਪਰਿਵਾਰ ਦੇ ਜੀ ਨੇ, ਕੁਝ ਡਿਪਲੋਮੈਟ ਨੇ, ਜਿਹੜੇ ਆਮ ਲੋਕ ਸੀ ਉਨ੍ਹਾਂ ਸਾਰਿਆਂ ਦੇ ਨਾਂ ਕੱਟ ਦਿੱਤੇ ਗਏ। 2 ਬੰਦੇ ਆਮ ਆਏ ਆ, ਉਹ ਕਹਿੰਦੇ ਜੀ ਅਸੀਂ ਕਿਸੇ ਰਿਸ਼ਤੇਦਾਰ ਦੇ ਰਾਹੀਂ ਗਾਂਹ ਮੰਤਰੀ ਤੋਂ ਅਖਵਾਇਆ ਸੀ ਤੇ ਸਾਡਾ ਨਾਂ ਤਾਂ ਪੈ ਗਿਆ, ਨਹੀਂ ਤੇ ਅਸੀਂ ਵੀ ਨਹੀਂ ਸੀ ਆਉਣਾ, ਉਥੇ ਰਹਿ ਜਾਣਾ ਸੀ ਜੀ। ਮਤਲਬ ਇਹ ਹਾਲਤ ਹੈ ਕਿ ਉਥੇ ਇਹੋ ਜਿਹੇ ਮੌਕੇ ਤੇ ਵੀ ਭਾਈ ਭਤੀਜਾਬਾਦ ਉਸੇ ਤਰ੍ਹਾਂ ਚਲੀ ਜਾਂਦਾ, ਬਲੇਮ ਗੇਮ ਵੀ ਚਲੀ ਜਾਂਦੀ ਹੈ, ਲੋਕ ਮਰਦੇ ਆ ਤੇ ਮਰੀ ਜਾਣ। ਇਮਰਾਨ ਖਾਨ ਦਾ ਸਾਰਾ ਧਿਆਨ ਇਸ ਗੱਲ ਤੇ ਲੱਗਾ ਹੋਇਆ ਕਿ ਰਾਜਨੀਤਿਕ ਪੱਖ ਤੋਂ ਮੈਂ ਕਿੱਦਾਂ ਆਪਣੇ ਆਪ ਨੂੰ ਸੰਭਾਲਣਾ, ਇਹ ਵੀ ਡੋਨਲਡ ਟਰੰਪ ਵਾਲੀ ਨੀਤੀ ਤੇ ਚੱਲਦਾ ਜਾਂਦਾ ਜੀ। ਤਿਪਨ ਸਾਹਿਬ, ਚਾਈਨਾ ਦੀ ਸਥਿਤੀ ਕੀ ਹੈ ਜੀ? ਅੱਜ ਕੁਝ ਰਿਪੋਰਟਾਂ ਨੇ ਕਿ ਨਵੰਬਰ ਦੇ ਵਿਚ ਦੁਬਾਰਾ ਕੋਰੋਨਾ ਸਿਰ ਚੱਕ ਸਕਦਾ। ਇਕ ਹੋਰ ਰਿਪੋਰਟ ਹੈ, ਉਹ ਕੱਲ ਦੀ ਵੀ ਹੈ ਸ਼ਾਇਦ, ਮੈਂ ਯੂਨੀਵਰਸਿਟੀ ਭੁੱਲ ਗਿਆ ਕਿਹਦੀ ਸੀ, ਉਥੇ ਇਹ ਸੀ ਕਿ 2 ਸਾਲ ਤੱਕ ਜਿਹੜਾ ਸੋਸ਼ਲ ਡਿਸਟੈਂਸ ਆ ਉਹ ਰੱਖਣਾ ਪੈ ਸਕਦਾ। ਠੀਕ ਹੈ ਤੁਹਾਡੀ ਗੱਲ। ਚੀਨ ਦੇ ਵਿਚ ਇਕ ਵਾਰੀ ਬਿਮਾਰੀ ਦਸੰਬਰ ਚ ਸ਼ੁਰੂ ਹੋਈ ਤੇ ਜਨਵਰੀ ਵਿਚ ਬਹੁਤ ਚੜ ਗਏ ਜੀ, ਫਰਵਰੀ ਚੜ੍ਹਨ ਤੱਕ ਉਨ੍ਹਾਂ ਨੇ ਸੰਭਾਲਣਾ ਸ਼ੁਰੂ ਕਰ ਦਿੱਤਾ ਤੇ ਅਖੀਰ ਉਨ੍ਹਾਂ ਨੇ ਬਿਮਾਰੀ ਰੋਕ ਲਈ ਸੀ 3200 ਦੇ ਉੱਤੇ, 3200 ਮੌਤਾਂ ਤੇ, ਫਿਰ 33-34 ਤੱਕ ਹੋਏ, ਹੁਣ ਦੁਬਾਰਾ ਫੁੱਟੀ ਆ ਤੇ ਕੱਲ ਇਕ ਦਿਨ ਚ ਉਥੇ 1290 ਮੌਤਾਂ ਗਿਣੀਆਂ ਗਈਆਂ ਨੇ ਜੀ। ਉਹ ਇਕ ਦਿਨ ਚ ਹੋਈਆਂ ਜਾਂ 2-3 ਦਿਨਾਂ ਚ ਰਲਾ ਕੇ ਹੋਈਆਂ। ਪਤਾ ਇਹ ਲੱਗਾ ਕਿ ਜਦੋਂ ਇਨ੍ਹਾਂ ਨੇ ਵੇਖਿਆ ਕਿ ਹੁਣ ਕੋਈ ਫਰਕ ਨਹੀਂ ਪੈਂਦਾ, ਇਨ੍ਹਾਂ ਨੇ ਕੁਛ ਜਿਹੜੇ ਇੰਟਰਨੈਸ਼ਨਲ ਏਅਰ ਟ੍ਰੈਵਲ ਰੂਟ ਸੀ ਉਹ ਵੀ ਖੋਲ ਦਿੱਤੇ ਜੀ। ਜਿਹੜੇ ਲੋਕ ਬਾਹਰੋਂ ਆਏ ਨੇ ਉਹ ਕਿਹੜੇ ਦੇਸ਼ ਤੋਂ ਆਏ, ਕੀ ਹਾਲਾਤ ਲੈ ਕੇ ਆਏ, ਇਹ ਕਿਸੇ ਨੇ ਚੈੱਕ ਹੀ ਨਹੀਂ ਕੀਤਾ ਜੀ। ਚਾਹੀਦਾ ਇਹ ਸੀ ਕਿ ਬਾਹਰੋਂ ਆਉਣ ਵਾਲਿਆਂ ਨੂੰ, ਜਿਸ ਤਰ੍ਹਾਂ ਭਾਰਤ ਸਰਕਾਰ ਨੇ ਆਖਿਆ ਕਿ ਜਿਹੜਾ ਵੀ ਆਵੇ 14 ਦਿਨ ਕੁਆਰੰਟਾਈਨ ਚ ਰੱਖਾਂਗੇ, ਉਹ ਨਹੀਂ ਰੱਖੇ ਗਏ। ਚੀਨ ਵਰਗੇ ਦੇਸ਼ ਤੋਂ ਗਲਤੀ ਪਤਾ ਨਹੀਂ ਕਿਸ ਤਰ੍ਹਾਂ ਹੋਈ। ਹੁਣ ਇਹ ਜਿਹੜੇ ਲੋਕ ਆਏ ਆ, ਜਾਂ ਤਾਂ ਇਹ ਉਹ ਲੋਕ ਨੇ ਜਿਹੜੇ ਬਾਹਰਲੇ ਦੇਸ਼ਾਂ ਤੋਂ ਆਏ ਆ ਜੀ, ਜਾਂ ਉਹ ਲੋਕ ਨੇ ਜਿਹੜੇ ਬਾਹਰਲੇ ਦੇਸ਼ਾਂ ਤੋਂ ਆਇਆਂ ਦੇ ਨਾਲ ਆ ਕੇ ਬੈਠੇ ਆ, ਖਾਧਾ ਪੀਤਾ ਉਨ੍ਹਾਂ ਦੇ ਜਾਂ ਪਰਿਵਾਰ ਦੇ ਜੀ ਨੇ, ਉਨ੍ਹਾਂ ਦੇ ਆਉਣ ਨਾਲ ਚੀਨ ਦੇ ਵਿਚ ਇਕ ਵਾਰੀ ਫੇਰ ਇਹ ਬਿਮਾਰੀ ਉੱਠ ਖਲੋਤੀ ਹੈ। ਤੇ ਇਕਦਮ ਘਬਰਾਹਟ ਦੀ ਗੱਲ ਹੈ ਕਿ 24 ਘੰਟਿਆਂ ਚ ਉਥੇ 1290 ਕੇਸ ਦੱਸੇ ਗਏ ਆ ਜੀ। ਇਹ ਤਾਂ ਮਸੇ ਠੱਲ ਪਈ ਸੀ, ਇਕਦਮ ਹੁਣ ਕਿਉਂ ਚੜਨ ਲੱਗ ਪਏ? ਕਿਤੇ ਇਸ ਕਰਕੇ ਤਾਂ ਨਹੀਂ ਚੜਨ ਲੱਗ ਪਏ ਕਿ ਡੋਨਲਡ ਟਰੰਪ ਵਾਲੀ ਗਲਤੀ ਚੀਨ ਨੇ ਵੀ ਇਕ ਵਾਰੀ ਕਰ ਲਈ ਆ, ਉਦੋਂ ਚੀਨ ਨੂੰ ਫਸਿਆ ਵੇਖ ਕੇ ਉਹ ਮਾਲ ਵੇਚਦਾ ਰਿਹਾ ਸੀ, ਪਰ ਪਿਛਲੇ ਇਕ ਮਹੀਨੇ ਤੋਂ ਆਪਣੇ ਆਪ ਨੂੰ ਸੰਭਾਲਣ ਤੋਂ ਬਾਅਦ
ਚੀਨ ਦੇ ਵਪਾਰੀਆਂ ਨੇ ਤੇ ਕਾਰੋਬਾਰੀਆਂ ਨੇ ਆਪਣਾ ਮਾਲ ਬਾਹਰਲੇ ਦੇਸ਼ਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ, ਇਹ ਸਮਝਣਾ ਚਾਹੀਦਾ। ਦੂਜੀ ਗੱਲ, ਉਥੋਂ ਦੇ ਜਿਹੜੇ ਡਾਕਟਰੀ ਨਾਲ ਜੁੜੇ ਮਾਹਰ ਉਨ੍ਹਾਂ ਬਿਲਕੁਲ ਠੀਕ ਆਖੀ ਆ ਕਿ ਇਹ ਨਵੰਬਰ ਦਸੰਬਰ ਚ ਜਾ ਕੇ ਸਰਦੀਆਂ ਚ ਬਿਮਾਰੀ ਇਕ ਵਾਰੀ ਫਿਰ ਜ਼ੋਰ ਫੜ ਸਕਦੀ ਹੈ, ਤੇ ਜਿਹੜੇ ਲੋਕ ਠੀਕ ਵੀ ਹੋ ਗਏ ਆ ਉਨ੍ਹਾਂ ਨੂੰ 2 ਸਾਲ ਤੱਕ ਲਗਾਤਾਰ ਸੋਸ਼ਲ ਡਿਸਟੈਂਸਿੰਗ ਰੱਖਣੀ ਚਾਹੀਦੀ ਹੈ, ਨਹੀਂ ਤੇ ਬਿਮਾਰੀ ਇਕ ਵਾਰੀ ਫਿਰ ਵੱਧ ਸਕਦੀ ਹੈ। ਔਰ ਜਪਾਨ ਵਿਚ ਵੀ ਤਾਂ ਦੁਬਾਰਾ ਉੱਠੀ ਹੈ ਨਾ, ਚੀਨ ਵਿਚ ਵੀ ਉੱਠ ਰਹੀ ਹੈ, ਧਿਆਨ ਸਾਰਿਆਂ ਨੂੰ ਰੱਖਣਾ ਪੈਣਾ। ਇਹਦਾ ਮਤਲਬ ਤਾਂ ਇਹ ਵੀ ਹੈ ਜੀ ਕਿ ਹਜੇ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਜਿੰਨਾ ਚਿਰ ਵੈਕਸੀਨ ਇਹਦੀ ਤਿਆਰ ਨਹੀਂ ਹੁੰਦੀ ਉਨਾ ਚਿਰ ਇਹਨੂੰ ਠੱਲ ਪਾਈ ਜਾ ਸਕੇ। ਦੇਖੋ ਸੁਖਨੈਬ ਜੀ, ਗੱਲ ਇਹ ਆ ਕਿ ਜਿੰਨੇ ਕੁ ਡਾਕਟਰਾਂ ਨਾਲ ਮੇਰੀ ਗੱਲ ਹੋਈ ਆ ਜੀ, ਉਹ ਸਾਰੇ ਇਹ ਦੱਸਦੇ ਆ ਕਿ ਬਿਮਾਰੀ ਆਪਣੇ ਤੌਰ ਦੇ ਉੱਤੇ ਕਿਸੇ ਪੇਸ਼ੈਂਟ ਨੂੰ ਬਿਲਕੁਲ ਨਹੀਂ ਮਾਰਦੀ ਜੀ। ਇਹ ਬਿਮਾਰੀ ਕੀ ਕਰਦੀ ਆ ਕਿ ਬੰਦਿਆਂ ਦਾ ਇਮਿਊਨ ਸਿਸਟਮ ਖਤਮ ਕਰ ਦਿੰਦੀ ਆ। ਜਦੋਂ ਇਨਸਾਨ ਦਾ ਇਮਿਊਨ ਸਿਸਟਮ ਖਤਮ ਹੋ ਜਾਏ ਜੀ, ਫਿਰ ਉਹਨੂੰ ਲੱਗੀ ਹੋਈ ਕੋਈ ਛੋਟੀ ਮੋਟੀ ਬਿਮਾਰੀ ਵੀ, ਸਧਾਰਨ ਉਹਨੂੰ ਜੇ ਕੋਈ ਫਲੂ ਵੀ ਹੋ ਜਾਵੇ ਜਾਂ ਕੋਈ ਹੋਰ ਬਿਮਾਰੀ ਹੋ ਜਾਵੇ, ਉਹਦਾ ਵੀ ਟਾਕਰਾ ਕਰਨ ਜੋਗਾ ਨਹੀਂ ਰਹਿੰਦਾ, ਉਹ ਇੰਨਾ ਜ਼ਿਆਦਾ ਕਮਜ਼ੋਰ ਹੋ ਜਾਂਦਾ ਕਿ ਮਾੜੀ ਮੋਟੀ ਬਿਮਾਰੀ ਵੀ ਉਹਨੂੰ ਮਿੰਟਾਂ ਚ ਦੱਬ ਸਕਦੀ ਹੈ। ਪਹਿਲਾਂ ਜਦੋਂ HIV ਪੋਜ਼ਿਟਿਵ ਦੀ ਗੱਲ ਆਈ ਸੀ, ਏਡਜ਼ ਦਾ ਮਾਮਲਾ ਸੀ, ਉਹਦੇ ਵਿਚ ਵੀ ਤੇ ਇਹੋ ਹੁੰਦਾ ਸੀ ਕਿ ਜਿਹੜੀ ਏਡਜ਼ ਆ ਉਹ ਕਿਸੇ ਬੰਦੇ ਨੂੰ ਮਾਰਦੀ ਨਹੀਂ, ਸਹੀ, ਉਹਦਾ ਇਮਿਊਨ ਸਿਸਟਮ ਇੰਨਾ ਕਮਜ਼ੋਰ ਕਰ ਦਿੰਦੀ ਹੈ ਕਿ ਮਾੜੀ ਮੋਟੀ ਬਿਮਾਰੀ ਵੀ ਲੱਗੀ ਤੇ ਉਹਨੇ ਬਚ ਸਕਣਾ ਹੀ ਨਹੀਂ, ਅੰਤ ਨੂੰ ਮਰੂਗਾ ਹੀ ਮਰੂਗਾ। ਇਹ ਜਿਹੜੀ ਬਿਮਾਰੀ ਹੈ ਇਹ ਵੀ ਇਮਿਊਨ ਸਿਸਟਮ ਕਮਜ਼ੋਰ ਕਰ ਰਹੀ ਹੈ। ਹੁਣ HIV ਪੋਜ਼ਿਟਿਵ ਅੱਜ ਵੀ ਸਾਡੇ ਸਮਾਜ ਚ ਕਿੰਨੇ ਸਾਰੇ ਲੋਕ ਨੇ ਜਿਹੜੇ HIV ਪੋਜ਼ਿਟਿਵ ਹੋਣ ਦੇ ਬਾਵਜੂਦ ਸਰਕਾਰੀ ਦਫ਼ਤਰਾਂ ਚ ਪ੍ਰਾਈਵੇਟ ਦਫ਼ਤਰਾਂ ਚ ਨੌਕਰੀਆਂ ਵੀ ਕਰ ਰਹੇ ਆ, ਸਕੂਲਾਂ ਤੇ ਕਾਲਜਾਂ ਚ ਪੜ੍ਹ ਵੀ ਰਹੇ ਆ, ਤੇ ਜੇ ਕੋਈ ਆਖੇ ਕਿ ਇਨ੍ਹਾਂ ਨੂੰ ਆਪਣੇ ਲਾਗੇ ਨਹੀਂ ਬਹਿਣ ਦੇਣਾ ਤੇ ਉਹਦੇ ਉੱਤੇ ਅਨਟੱਚੇਬਿਲਟੀ ਦਾ ਕੇਸ ਬਣਦਾ, ਕਿਉਂਕਿ ਇਹ ਫੈਸਲਾ ਹੋ ਗਿਆ ਕਿ ਉਹ ਇਸ ਤਰ੍ਹਾਂ ਹੱਥ ਲਾਉਣ ਨਾਲ ਕਿਸੇ ਨੂੰ ਬਿਮਾਰੀ ਨਹੀਂ ਹੋ ਰਹੀ। ਹੌਲੀ ਹੌਲੀ ਇਹ ਹੋਵੇਗਾ ਕਿ ਜਿਹੜਾ ਇਹ ਕੋਰੋਨਾ ਵਾਇਰਸ ਆ ਇਹਦਾ ਵੀ ਕੋਈ ਨਾ ਕੋਈ ਟ੍ਰੀਟਮੈਂਟ ਡਾਕਟਰ ਲੱਭ ਲੈਣਗੇ। ਉਹ ਲੱਭਣ ਤੋਂ ਬਾਅਦ ਬਿਮਾਰੀ ਖਤਮ ਸ਼ਾਇਦ ਨਾ ਹੋਵੇ, ਪਰ ਇਹ ਪ੍ਰਬੰਧ ਹੋ ਜਾਏਗਾ ਕਿ ਜੇ ਕਿਸੇ ਨੂੰ ਲੱਗ ਵੀ ਜਾਂਦੀ ਹੈ ਕਿਆ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਇਮਿਊਨ ਸਿਸਟਮ ਪੱਕਾ ਕੀਤਾ ਜਾਵੇ, ਮਜ਼ਬੂਤ ਕੀਤਾ ਜਾਵੇ, ਤੇ ਆਪਾਂ ਬਚੇ ਰਹਾਂਗੇ। ਅੱਜ ਕੱਲ੍ਹ ਸਾਰਾ ਜ਼ੋਰ ਅਖਬਾਰਾਂ ਦੀਆਂ ਖ਼ਬਰਾਂ ਤੇ ਵੀ, ਮੀਡੀਆ ਚੈਨਲਾਂ ਤੇ ਵੀ ਇਹ ਦਿੱਤਾ ਜਾ ਰਿਹਾ ਕਿਆ ਚੀਜ਼ਾਂ ਖਾਓ ਪੀਓ, ਇਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੋਵੇਗਾ, ਫਿਰ ਤੁਸੀਂ ਕੋਰੋਨਾ ਦੀ ਬਿਮਾਰੀ ਤੋਂ ਬਚੇ ਰਹੋਗੇ। ਆ ਜਿਹੜਾ ਪ੍ਰਧਾਨ ਮੰਤਰੀ ਨੇ ਉਸ ਨੇ ਭਾਸ਼ਣ ਦਿੱਤਾ ਲਾਕਡਾਊਨ ਵਧਾਉਣ ਵਾਸਤੇ ਕਿ 3 ਮਈ ਤੱਕ ਅਸੀਂ ਵਧਾਉਣਾ, ਉਸ ਭਾਸ਼ਣ ਦੇ ਵਿਚ ਪ੍ਰਧਾਨ ਮੰਤਰੀ ਹੋਵੇ ਤੇ ਉਹੀ ਗੱਲ ਆਖੇ ਕਿ ਫਲਾਨੀਆਂ ਫਲਾਨੀਆਂ ਚੀਜ਼ਾਂ ਖਾਓ, ਕਾੜਾ ਪੀਆ ਕਰੋ, ਸੱਤਾ ਪਾਣੀ ਪੀਆ ਕਰੋ, ਇਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੋਵੇਗਾ। ਕਦੇ ਪ੍ਰਧਾਨ ਮੰਤਰੀਆਂ ਨੂੰ ਇਹ ਗੱਲਾਂ ਕਰਦੇ ਨਹੀਂ ਸੀ ਸੁਣਿਆ, ਕਈਆਂ ਲੋਕਾਂ ਨੂੰ ਇਤਿਹਾਸਾ ਹੁੰਦਾ, ਪਰ ਸਥਿਤੀ ਸਮਝਣੀ ਚਾਹੀਦੀ ਆ ਕਿ ਪ੍ਰਧਾਨ ਮੰਤਰੀ ਵੀ ਲੋਕਾਂ ਨੂੰ ਇਹ ਦੱਸ ਰਿਹਾ ਕਿ ਆਪਣਾ ਇਮਿਊਨ ਸਿਸਟਮ ਜੇ ਬਚਾ ਲਓਗੇ ਤੇ ਬਿਮਾਰੀ ਤੋਂ ਵੀ ਬਚ ਜਾਓਗੇ, ਜੇ ਇਮਿਊਨ ਸਿਸਟਮ ਨਾ ਤੁਸੀਂ ਕੰਟਰੋਲ ਕਰ ਸਕੇ ਫਿਰ ਬਿਮਾਰੀ ਤੋਂ ਵੀ ਬਚਾ ਨਹੀਂ ਹੋ ਸਕਣਾ। ਜਿਹੜੀ ਗੱਲ ਪ੍ਰਧਾਨ ਮੰਤਰੀ ਕਹਿ ਰਿਹਾ ਉਸ ਗੱਲ ਦੀ ਭਾਵਨਾ ਨੂੰ ਸਮਝਣਾ ਚਾਹੀਦਾ। ਇਹ ਸਾਰਿਆਂ ਥਾਵਾਂ ਤੇ ਇਸ ਵੇਲੇ ਡਾਕਟਰ ਵੀ ਕਹਿ ਰਿਹਾ ਕਿ ਆਪਣਾ ਇਮਿਊਨ ਸਿਸਟਮ ਮਜ਼ਬੂਤ ਕਰੋ, ਫਿਰ ਤੁਸੀਂ ਕੋਰੋਨਾ ਦਾ ਟਾਕਰਾ ਵੀ ਕਰ ਸਕਦੇ। ਜੀ ਬਿਲਕੁਲ, ਇਹ ਵੀ ਗੱਲ ਹੈ ਜੀ। ਤੇ ਪੰਚ ਸਾਹਿਬ, ਜਦੋਂ ਅਸੀਂ ਹੁਣ ਇਮਿਊਨ ਸਿਸਟਮ ਤੋਂ ਗਾਹਾਂ ਪ੍ਰਧਾਨ ਮੰਤਰੀ ਦੀ ਗੱਲ ਤੁਸੀਂ ਛੇੜ ਹੀ ਲਈ ਹੈ, ਤੇ ਭਾਰਤ ਦੀ ਸਥਿਤੀ ਕਿਵੇਂ ਜੇ ਹੈ ਜੀ? ਕਿਉਂਕਿ ਕਈ ਤਰ੍ਹਾਂ ਦੀਆਂ ਗੱਲਾਂ ਵਿਦੇਸ਼ ਤੋਂ ਵੀ ਬਹੁਤੇ ਸੱਜਣ ਉਹ ਫੋਨ ਕਰਕੇ ਦੱਸਦੇ ਆ ਅਮਰੀਕਾ ਜਾਂ ਕੈਨੇਡਾ ਵਾਲੇ ਵੀ, ਜੇ ਤੁਹਾਡੇ ਫੈਲ ਗਿਆ ਤੁਹਾਡੇ ਤੋਂ ਕੰਟਰੋਲ ਨਹੀਂ ਹੋਣਾ। ਮੈਂ ਇੱਕੋ ਗੱਲ ਕਹਿਣਾ ਹੁੰਦਾ ਕੈਨੇਡਾ ਵਾਲਿਆਂ ਨਾਲ, ਤਾਂ ਖੈਰ ਮੇਰੀ ਵਾਹਵਾ ਬਹਿਸ ਵੀ ਇਸ ਮਾਮਲੇ ਤੇ ਹੋਈ ਕਿ ਤੁਹਾਡੇ ਕੋਲ 38 ਕਰੋੜ, ਸਾਡੇ 38 ਕਰੋੜ ਆਬਾਦੀ ਹੈ, ਸਾਡੀ ਹੈਗੀ ਹੈ 135 ਕਰੋੜ, ਪਰ ਅੰਕੜਿਆਂ ਦੇ ਹਿਸਾਬ ਨਾਲ ਦੇਖੋ ਕਿ ਇੱਥੇ ਮਰੀਜ਼ ਕਿੰਨੇ ਆ। ਹੁਣ ਸਵਾਲ ਅਗਲਾ ਵੀ ਹੈ ਕਿ ਜੀ ਡਿਟੈਕਟ ਨਹੀਂ ਹੋ ਰਹੇ ਜਾਂ ਟੈਸਟ ਘੱਟ ਹੋ ਰਿਹਾ, ਤੁਸੀਂ ਕਿਵੇਂ ਦੇਖਦੇ ਹੋ ਸਾਰੇ ਸਰਕਮਸਟੈਂਸ ਨੂੰ? ਦੇਖੋ ਅਸੀਂ 135 ਕਰੋੜ ਤੇ ਜੇ ਪੁਰਾਣੇ ਅੰਕੜੇ ਨੇ, ਜੇ ਅੱਜ ਮਰਦਮਸ਼ੁਮਾਰੀ ਹੋ ਜਾਵੇ ਤੇ ਅੰਦਾਜ਼ਾ ਇਹ ਹੈ ਕਿ ਸਾਡੀ 142 ਕਰੋੜ ਦੀ ਆਬਾਦੀ ਨਿਕਲਣੀ, 142 ਤੋਂ 141 ਕਰੋੜ ਵੀ ਹੋ ਸਕਦੀ, 145 ਕਰੋੜ ਵੀ ਹੋ ਸਕਦੀ, ਅੰਦਾਜ਼ਾ ਹੀ ਹੈ ਨਾ। ਰਾਸ਼ਨ ਕਾਰਡਾਂ ਹਿਸਾਬ ਨਾਲ ਅੰਦਾਜ਼ੇ ਲਾ ਕੇ ਦੱਸਦੇ ਕਿ ਇੰਨੀ ਕੁ ਉਥੇ 38 ਕਰੋੜ ਵਾਲੇ ਜਿਹੜੇ ਉਨ੍ਹਾਂ ਤੋਂ ਕੰਟਰੋਲ ਨਹੀਂ ਹੋ ਰਹੇ। ਇੱਥੇ 140-145 ਕਰੋੜ ਆ, ਪਰ ਸਾਡੇ ਕੋਲ ਹੁਣ ਤੱਕ ਮੌਤਾਂ ਕਿੰਨੀਆਂ ਹੋਈਆਂ ਨੇ? ਉਨ੍ਹਾਂ ਨੂੰ ਇਹ ਚੈੱਕ ਕਰਕੇ ਵੇਖਣਾ ਚਾਹੀਦਾ ਕਿ ਭਾਰਤ ਬਾਰੇ ਗੱਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਕਿ ਭਾਰਤ ਵਿਚ ਅਜੇ ਤੱਕ 13,835 ਕੇਸ ਨੇ ਮੇਰੇ ਸਾਹਮਣੇ ਜਿਹੜੀ ਸੂਚੀ ਦਰਜ ਆ ਉਥੇ, ਤੇ ਉਹਦੇ ਵਿਚੋਂ ਮੌਤਾਂ ਹੋਈਆਂ ਨੇ 452, ਰਿਕਵਰੀ ਹੋਈ ਹੈ 1777, ਸਿਰਫ 452 ਮੌਤਾਂ ਨੇ। ਸਿਰਫ ਮੈਂ ਇਸ ਕਰਕੇ ਕਹਿੰਦਾ, ਮੌਤ ਤਾਂ ਇੱਕ ਵੀ ਹੋਵੇ ਤੇ ਦਿਲ ਨੂੰ ਧੜਕਣ ਲਾ ਦਿੰਦੀ ਹੈ, ਪਰ ਇੰਨੀਆਂ ਮੌਤਾਂ ਨੂੰ ਅਸੀਂ ਸਿਰਫ ਇਸ ਕਰਕੇ ਕਹਿੰਦੇ ਹਾਂ ਕਿ ਮੁਕਾਬਲਾ ਉਨ੍ਹਾਂ ਦੇਸ਼ਾਂ ਨਾਲ ਕੀਤਾ ਜਾ ਰਿਹਾ ਜਿਹੜੇ ਬੜੇ ਡਿਵੈਲਪ ਕੰਟਰੀ ਨੇ,
ਅਮਰੀਕਾ ਦੇ ਵਿਚ 34,000 ਤੋਂ ਵੱਧ ਮੌਤਾਂ ਹੋ ਜਾਣ ਤੇ ਇੰਡੀਆ ਚ ਸਿਰਫ 1,000 ਵੀ ਨਾ ਹੋਣ, ਅੱਧਾ ਹਜ਼ਾਰ ਵੀ ਨਾ ਹੋਣ, 452 ਹੋਣ ਤੇ ਕੋਈ ਵੀ ਗੱਲ ਕਰਨ ਲੱਗਿਆ ਸਿਰਫ ਆਖੇਗਾ ਨਾ। ਇਸ ਕਰਕੇ ਸਾਡੇ ਭਾਰਤ ਵਿਚ 1,000 ਮਤ ਭੇਦ ਹੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ, ਔਰ ਮੇਰੇ ਵਰਗੇ ਬੰਦੇ ਉਹਨੂੰ ਬੜੀ ਵਾਰ ਕ੍ਰਿਟੀਸਾਈਜ਼ ਕਰਦੇ ਆ, ਪਿੱਛੇ ਕਰਦੇ ਰਹੇ, ਅੱਜ ਵੀ ਲੋੜ ਪਵੇ ਕਰਦੇ ਆ। ਉਹਦੇ ਪ੍ਰਧਾਨ ਮੰਤਰੀ ਦੇ ਭਾਸ਼ਣ ਵਿਚ ਵੀ ਨੁਕਸ ਕੱਢਿਆ ਸੀ, ਅਸੀਂ ਕੱਲ ਨੂੰ ਵੀ ਉਹਦੀ ਨੁਕਤਾਚੀਨੀ ਕਰਨੀ ਆ, ਉਹਦੀ ਸੋਚ, ਉਹਦੀ ਰਾਜਨੀਤੀ, ਉਹਦੀ ਪਹੁੰਚ ਦੀ ਨੁਕਤਾਚੀਨੀ ਕੀਤੀ ਆ, ਫਿਰ ਵੀ ਕਰਾਂਗੇ, ਸਾਡਾ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਹੈਗਾ, ਉਹ ਵਰਤਾਂਗੇ। ਪਰ ਇਹ ਗੱਲ ਮੰਨਣੀ ਪੈਗੀ ਕਿ ਜਦੋਂ ਬਿਮਾਰੀ ਸ਼ੁਰੂ ਹੋਣ ਲੱਗੀ ਸੀ, ਇਹਨੇ ਵੇਖ ਕੇ ਕਿ ਦੂਸਰੇ ਦੇਸ਼ਾਂ ਚ ਕਿਹੜੇ ਕਾਰਨ ਕਰਕੇ ਬਿਮਾਰੀ ਹੋਈ, ਇਹਨੇ ਆਪ ਵੇਖਿਆ ਜਾਂ ਇਹਦੇ ਸਲਾਹਕਾਰਾਂ ਨੇ ਵੇਖਿਆ? ਇਨ੍ਹਾਂ ਨੇ ਪਹਿਲਾਂ ਹੀ ਇਹ ਕਹਿਤਾ ਕਿ ਆ 11-12 ਦੇਸ਼ ਨੇ, ਇਨ੍ਹਾਂ ਤੋਂ ਆਉਣ ਵਾਲੇ ਲੋਕਾਂ ਦਾ ਵੀਜ਼ੇ ਰੱਦ, ਇਨ੍ਹਾਂ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ ਦੀ ਏਅਰਪੋਰਟ ਤੇ ਸਕਰੀਨਿੰਗ ਹੋਵੇਗੀ। ਇਕ ਦਿਨ ਬਾਅਦ ਕਹਿਤਾ ਕਿ ਅਸੀਂ ਸਾਰੇ ਦੇਸ਼ਾਂ ਤੋਂ ਆਉਣ ਵਾਲਿਆਂ ਦੀ ਸਕਰੀਨਿੰਗ ਕਰਾਂਗੇ। ਉਦੋਂ ਅਗਲੇ ਦਿਨ ਕਹਿਤਾ ਕਿ ਅਸੀਂ ਸਾਰੇ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ ਹੀ ਬੰਦ ਕਰਤੀਆਂ। ਮਤਲਬ ਕੋਈ ਜੇ ਵਾਸ ਹੋਵੇਗਾ ਮੰਤਰੀ ਵੱਜੇਗੀ, ਜੇ ਫਲਾਈਟਾਂ ਹੋਣਗੀਆਂ ਲੋਕੀ ਆਉਣਗੇ ਸਾਰੇ ਬੰਦ। ਉਦੋਂ ਅਗਲੇ ਦਿਨ ਸਾਰੀਆਂ ਰੇਲ ਗੱਡੀਆਂ ਬੰਦ ਕਰਤੀਆਂ, ਜਦੋਂ ਰੇਲ ਗੱਡੀਆਂ ਬੰਦ ਕਰਤੀਆਂ ਫਿਰ ਜਨਤਾ ਕਰਫਿਊ ਸੀਗਾ। ਅਗਲੇ ਦਿਨ ਸਾਡੇ ਪੰਜਾਬ ਵਾਲਿਆਂ ਤੇ ਕਰਫਿਊ ਲਾਇਆ, ਉਹਨੇ ਲਾਕਡਾਊਨ ਹੀ ਲਾਤਾ। ਜੇ ਲਾਕਡਾਊਨ ਨਾ ਲੱਗਾ ਹੁੰਦਾ ਹੁਣ ਤੱਕ ਬਿਮਾਰੀ ਭਾਰਤ ਵਿਚ ਕੰਟਰੋਲ ਤੋਂ ਬਾਹਰ ਚਲੀ ਜਾਣੀ ਸੀ। ਹੁਣ ਕੀ ਅਸੀਂ ਭਾਰਤ ਵਿਚ ਕੰਟਰੋਲ ਕਰ ਗਏ? ਕੋਈ ਥਾਵਾਂ ਤੇ ਬਿਮਾਰੀ ਫੈਲੀ ਆ ਤੇ ਉਥੇ ਸਥਾਨਕ ਕਾਰਨਾਂ ਕਰਕੇ, ਲਾਪਰਵਾਹੀ ਕਰਕੇ ਫੈਲੀ ਆ। ਮਹਾਰਾਸ਼ਟਰ ਦੀ ਅਸੀਂ ਮੁੜ ਮੁੜ ਗੱਲ ਕਰਦੇ ਹਾਂ, ਉਥੇ ਜਿੰਨੀ ਬਿਮਾਰੀ ਫੈਲੀ ਆ, ਇਸ ਵੇਲੇ ਤੱਕ ਉਸ ਰਾਜ ਦੇ ਵਿਚ 194 ਮੌਤਾਂ ਹੋ ਚੁੱਕੀਆਂ ਨੇ। 194 ਦੇ ਵਿਚ ਅੱਧੇ ਤੋਂ ਵੱਧ ਮੌਤਾਂ ਜਿਹੜੀਆਂ ਨੇ, 100 ਦੇ ਕਰੀਬ, ਸ਼ਾਇਦ 100 ਤੋਂ ਵੱਧ ਹੀ ਹੋਣ, ਉਹ ਤਾਂ ਆਈਆਂ ਨੇ ਮੁੰਬਈ ਸ਼ਹਿਰ ਚ ਤੇ ਇਦੋਂ ਅੱਧੀਆਂ ਜਿਹੜੀਆਂ ਨੇ 40-50 ਦੇ ਕਰੀਬ ਉਹ ਹੋਈਆਂ ਨੇ ਪੁਣੇ ਚ। ਇਹ ਦੋ ਵੱਡੇ ਸ਼ਹਿਰਾਂ ਨੂੰ ਛੱਡ ਦਿੱਤਾ ਜਾਵੇ ਤੇ ਬਾਕੀਆਂ ਵਿਚ ਬਿਮਾਰੀ ਨਹੀਂ ਫੈਲ ਸਕੀ, ਉਨ੍ਹਾਂ ਚ ਬਹੁਤ ਘੱਟ ਕੇਸ ਨੇ। ਮੁੰਬਈ ਚ ਇਸ ਕਰਕੇ ਫੈਲੀ ਆ ਕਿ ਇਕ ਤਾਂ ਉਥੇ ਇੰਟਰਨੈਸ਼ਨਲ ਟੂਰਿਸਟ ਬਹੁਤ ਆਉਂਦਾ, ਕਾਰੋਬਾਰੀ ਵੀ, ਘੁੰਮਣ ਘੁਮਾਉਣ ਸੈਰ ਸਪਾਟੇ ਕਰਨ ਵਾਲੇ ਲੋਕ ਵੀ ਆਉਂਦੇ, ਉਨ੍ਹਾਂ ਦੀ ਹੱਬ ਹੈ, ਸਮੁੰਦਰ ਦਾ ਕੰਢਾ ਉਧਰੋਂ ਵੀ ਆਉਂਦੇ ਨੇ। ਦੂਜਾ, ਉਥੇ ਜੇ ਫੈਲ ਜਾਵੇ ਤੇ ਆਬਾਦੀ ਇੰਨੀ ਸੰਘਣੀ ਆ ਕਿ ਬੰਦੇ ਨਾਲ ਬੰਦਾ ਵੱਜਦਾ। ਅਸੀਂ ਜਿਹੜੇ ਪੌਸ਼ ਕਲੋਨੀ ਆ ਉਨ੍ਹਾਂ ਦੇ ਵਿਚ ਵੀ ਭੀੜ ਵੇਖਦੇ ਹਾਂ, ਪਰ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ ਝੌਂਪੜੀ ਬਸਤੀ ਉਹ ਤਾਂ ਮੁੰਬਈ ਦੇ ਵਿਚ ਆ, ਤਰਾਵੀ। ਤਰਾਵੀ ਦੇ ਵਿਚ ਕੋਈ ਕਹਿੰਦਾ 12 ਲੱਖ ਲੋਕ ਨੇ, ਕੋਈ ਕਹਿੰਦਾ 14 ਨੇ, ਕੋਈ ਕਹਿੰਦਾ 16 ਲੱਖ ਲੋਕ ਨੇ। ਜਿਹੜੀ ਉਸ ਬਸਤੀ ਚ ਇੰਨੇ ਲੋਕ ਬੈਠੇ ਨੇ, ਵਿਚ ਨਿੱਕੀਆਂ ਨਿੱਕੀਆਂ ਝੁੱਗੀਆਂ ਗੀਆਂ ਵਰਗੇ ਮਕਾਨ ਨੇ ਤੇ ਬਸ ਆ 1.5-1.5 ਫੁੱਟ ਦੀਆਂ ਗਲੀਆਂ ਜਿਨ੍ਹਾਂ ਚ ਇਕ ਦੂਸਰੇ ਅੱਗੋ ਸਾਹਮਣੇ ਬੰਦਾ ਆ ਜੇ ਤੇ ਦੋਵਾਂ ਚੋਂ ਇਕ ਜਣਾ ਕੰਧਾਂ ਲੱਗ ਕੇ ਦੂਜੇ ਨੂੰ ਰਾਹ ਦਿੰਦਾ। ਬਹੁਤੇ ਘਰ ਉਥੇ ਇਹੋ ਜਿਹੇ ਆ ਜਿਨ੍ਹਾਂ ਦੇ ਘਰਾਂ ਚ ਵਾਸ਼ਰੂਮ ਹੈ ਨੀ, 10-10, 12-12, 15-15 ਘਰਾਂ ਦੇ ਅੱਗੇ ਸਾਂਝਾ ਕਮਿਊਨਿਟੀ ਵਾਸ਼ਰੂਮ ਹੈ, ਉਹ ਸਾਰੇ ਵਰਤਦੇ ਨੇ। ਉਥੇ ਇਹੋ ਜਿਹੀਆਂ ਥਾਵਾਂ ਤੇ ਬਿਮਾਰੀ ਫੈਲਣ ਦਾ ਚਾਂਸ ਜ਼ਿਆਦਾ ਹੁੰਦਾ। ਦਿੱਲੀ ਵਿਚ ਵੀ ਉਨ੍ਹਾਂ ਇਲਾਕਿਆਂ ਚ ਬਿਮਾਰੀ ਫੈਲੀ ਆ ਜਿਹੜੇ ਜ਼ਿਆਦਾ ਕੰਜੈਸਟਡ ਸਨ, ਔਰ ਖਾਸ ਤੌਰ ਤੇ ਜਿਹੜੀ ਦਿੱਲੀ ਦੇ ਵਿਚ ਤਬਲੀਗੀ ਜਮਾਤ ਦਾ ਕਰਕੇ ਫੈਲੀ ਆ, ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਉਹਦਾ ਵੀ ਇਕ ਰੋਲ ਸੀਗਾ, ਨਹੀਂ ਤੇ ਦਿੱਲੀ ਚ ਨਾ ਫੈਲਦੀ। ਉਸੇ ਜਮਾਤ ਦਾ ਕਰਕੇ ਤਾਮਿਲਨਾਡੂ ਚ ਵੀ ਫੈਲੀ ਸੀ ਤੇ ਤੇਲੰਗਾਨਾ ਚ ਵੀ। ਇਹ ਜਿੱਥੇ ਜਿੱਥੇ ਫੈਲੀ ਉਹਨੂੰ ਵੀ ਅਸੀਂ ਨੋਟ ਕਰੀਏ। ਹੁਣ ਸਾਨੂੰ ਇਹ ਬਾਹਰ ਬੜੇ ਸਮਝਾਉਣੀਆਂ ਦਿੰਦੇ, ਆਹ ਨਾ ਕਰ ਲਿਓ, ਉਹ ਨਾ ਕਰ ਲਿਓ, ਭਰਾ ਅਸੀਂ ਕਮਜ਼ੋਰ ਆਦਮੀ ਆ, ਅਸੀਂ ਤੁਹਾਡੀਆਂ ਸਲਾਹਾਂ ਮੰਨ ਲਵਾਂਗੇ, ਬੜੇ ਧਿਆਨ ਨਾਲ ਅਸੀਂ ਸੁਣਦੇ ਹਾਂ, ਜਿੰਨੇ ਜੋਗੇ ਹੋਏ ਮੰਨ ਵੀ ਲਵਾਂਗੇ, ਪਰ ਤੁਸੀਂ ਇਹ ਦੱਸੋ ਕਿ ਜਿੰਨੀਆਂ ਸਲਾਹਾਂ ਸਾਨੂੰ ਦੇ ਰਹੇ ਹੋ ਕੀ ਤੁਹਾਡਾ ਰਾਸ਼ਟਰਪਤੀ ਉਹਨਾਂ ਸਲਾਹਾਂ ਦੇ ਉੱਤੇ ਕੰਮ ਧਰਨ ਨੂੰ ਤਿਆਰ ਹੈ? ਰਾਸ਼ਟਰਪਤੀ ਡੋਨਲਡ ਟਰੰਪ ਤੇ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ, ਉਹ ਤੇ ਇਹੋ ਜਿਹੇ ਮੌਕੇ ਤੇ ਵੀ ਕਦੇ ਭਾਰਤ ਦੇ ਖਿਲਾਫ਼ ਝੰਡਾ ਚੁੱਕ ਲੈਂਦਾ, ਕਦੇ ਚੀਨ ਦੇ ਖਿਲਾਫ਼ ਚੁੱਕ ਲੈਂਦਾ, ਤੇ ਹੋਰ ਨਾ ਕੋਈ ਨਾ ਲੱਭੇ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਹੈੱਡ ਜਿਹੜਾ ਉਹਦੇ ਖਿਲਾਫ਼ ਝੰਡਾ ਚੁੱਕ ਲੈਂਦਾ, ਕਹਿੰਦਾ ਉਹਦੇ ਅਸੀਂ ਫੰਡ ਰੋਕ ਦੇਣੇ ਆ। ਥੋੜਾ ਜਿਹਾ ਉਹਨੂੰ ਆਪਣੇ ਦੇਸ਼ ਵੱਲ ਧਿਆਨ ਦੇਣਾ ਚਾਹੀਦਾ। ਅਸੀਂ ਆਪਣੇ ਦੇਸ਼ ਬਾਰੇ, ਭਾਰਤ ਬਾਰੇ ਇਹ ਮੰਨਦੇ ਹਾਂ ਕਿ ਸਥਿਤੀ ਜਿੰਨੀ ਸੁਖਾਵੀ ਹੋ ਸਕਦੀ ਸੀ ਓਨੀ ਨਹੀਂ, ਪਰ ਹੋ ਸਕਦੀ ਸੀ, ਕਿਹਦੀ ਅਗਵਾਈ ਚ ਹੋ ਸਕਦੀ ਸੀ? ਇਹੋ ਜਿਹਾ ਮਜ਼ਬੂਤ ਬੰਦਾ ਜਿਹਦਾ ਆਖਾ ਕੋਈ ਮੋੜਨ ਦੀ ਜ਼ਰੂਰਤ ਨਹੀਂ ਕਰਦਾ। ਇਹ ਨਹੀਂ ਕਿ ਲੋਕੀ ਇਹਦੇ ਨੂੰ ਬੜਾ ਹਰਮਨ ਪਿਆਰਾ ਮੰਨਦੇ ਆ, ਹੈਗੇ ਹਰਮਨ ਪਿਆਰਾ ਮੰਨਣ ਵਾਲੇ ਵੀ, ਪਰ ਜਿਹੜੇ ਵਿਰੋਧੀ ਵੀ ਆ ਉਹ ਵੀ ਇਹਦਾ ਵਿਰੋਧ ਕਰਨ ਦੀ ਇਹੋ ਜਿਹੇ ਮੌਕੇ ਤੇ ਜ਼ਰੂਰਤ ਨਹੀਂ ਕਰ ਸਕਦੇ। ਇਹਦੇ ਬਾਵਜੂਦ ਇੱਥੇ ਕੁਝ ਸਮੱਸਿਆਵਾਂ ਪੈਦਾ ਹੋਈਆਂ ਨੇ, ਭਾਰਤ ਨੂੰ ਉਹਨਾਂ ਸਮੱਸਿਆਵਾਂ ਨੂੰ ਸਮਝਣਾ ਪਊਗਾ। ਜੇ ਨਾ ਸਮਝਿਆ ਤੇ ਬਿਮਾਰੀ ਕੰਟਰੋਲ ਨਹੀਂ ਕਰ ਸਕਦਾ। ਇੱਥੇ ਜਿਹੜੀਆਂ ਇਹ ਬੜਕਾਂ ਮਾਰੀਆਂ ਜਾ ਰਹੀਆਂ, ਅਸੀਂ ਆਹ ਕਰਤਾ ਉਹ ਕਰਤਾ, ਜੇ ਕੱਲ ਨੂੰ ਕਿਸੇ ਥਾਂ ਤੇ ਵੱਡਾ ਪਟਾਕਾ ਪੈ ਗਿਆ, ਇਕੱਠੀਆਂ ਕੁਝ ਮੌਤਾਂ ਹੋ ਗਈਆਂ,
ਜਿਹੜੀਆਂ ਅਸੀਂ ਸੁੱਖ ਮੰਗਾਂ ਕਿ ਨਾ ਹੋਣ, ਤੇ ਫਿਰ ਇਹ ਸਾਰੀ ਕਿਰਤੀ ਕਤਰੀ ਖੂਹ ਚ ਵੀ ਪੈ ਜਾਂਦੀ ਹੁੰਦੀ ਹੈ ਜੀ। ਪੰਨ ਸਾਹਿਬ, ਇਕ ਫਿਲਮ ਬਣੀ ਸੀ ਦੰਗਲ, ਔਰ ਦੰਗਲ ਦੇ ਵਿਚੋਂ ਦੋ ਕੁੜੀਆਂ ਦੇ ਬਾਰੇ ਉਨ੍ਹਾਂ ਦੀ ਜ਼ਿੰਦਗੀ ਤੇ ਫਿਲਮ ਸੀ, ਉਨ੍ਹਾਂ ਚੋਂ ਇਕ ਨੂੰ ਜਿਹੜਾ ਮੌਕਾ ਮਿਲ ਗਿਆ ਬੀਜੇਪੀ ਚ ਜਾਣ ਦਾ, ਅੱਜ ਕੱਲ ਉਹ ਬੀਜੇਪੀ ਨਾਲ ਸਿੱਧੇ ਸਬੰਧਤ ਹੈ, ਔਰ ਉਸ ਬਬੀਤਾ ਫੋਗਾਟ ਕੁੜੀ ਨੇ ਤਬਲੀਗੀ ਜਮਾਤ ਦੇ ਬਾਰੇ ਇਕ ਟਿੱਪਣੀ ਕਰਤੀ ਕਿ ਭਾਰਤ ਚ ਦੋ ਹੀ ਸਮੱਸਿਆਵਾਂ ਹਨ। ਤੇ ਪਹਿਲੀ ਬਬੀਤਾ ਫੋਗਾਟ ਆ ਜੀ, ਮੈਂ ਤੇ ਮੈਨੂੰ ਪਤਾ ਨੀ ਕਰਨਾ ਉਹਦੇ ਚ ਪੈਂਦਾ ਕਿ ਨਹੀਂ ਪੈਂਦਾ, ਅੰਗਰੇਜ਼ੀ ਚ ਨਾ ਪੜੀਏ ਤੇ ਕਈ ਕੁਝ ਬਦਲ ਜਾਂਦਾ। ਮੈਂ ਇਕ ਵਾਰੀ ਕੈਨੇਡਾ ਸੀ ਤੇ ਉਥੇ ਚੋਣਾਂ ਹੁੰਦੀਆਂ ਪਈਆਂ ਸੀ, ਇਕ ਜਿਹੜੀ ਗੋਰੀ ਸੀ ਬੀਬੀ ਕੋਈ, ਮਤਲਬ ਉਥੋਂ ਦੀ ਕੈਨੇਡੀਅਨ ਜੰਪਲ, ਉਹ ਵਿਚਾਰੀ ਪੰਜਾਬੀ ਨੀ ਸੀ ਜਾਣਦੀ, ਤੇ ਉਹ ਅੰਗਰੇਜ਼ੀ ਚ ਬੋਲ ਰਹੀ ਸੀ ਇਕ ਰੇਡੀਓ ਪ੍ਰੋਗਰਾਮ ਤੇ। ਤੇ ਉਹ ਜਦੋਂ ਕਹਿੰਦੀ ਸੀ ਮਾਈ ਰਾਈਵਲ ਕੈਂਡੀਡੇਟ ਸੈਂਡੀ ਪੈਂਡਰ, ਮੈਂ ਸੋਚਿਆ ਸੈਂਡੀ ਪੈਂਡਰ, ਪਹਿਲਾਂ ਮੈਂ ਸੋਚਿਆ ਕਿ ਗੋਰਾ ਹੋਣਾ ਕੋਈ, ਮੈਨੂੰ ਬਾਅਦ ਚ ਹੌਲੀ ਹੌਲੀ ਸਮਝ ਲੱਗੀ ਕਿ ਉਹ ਕਹਿੰਦੀ ਆ ਸੰਦੀਪ, ਉਹ ਸੰਦੀਪ ਚੋਂ ਪੱਪਾ ਖਾ ਜਾਂਦੀ ਆ ਤੇ ਉਹਨੂੰ ਸੈਂਡੀ ਕਹਿੰਦੀ ਆ, ਤੇ ਅੱਗੇ ਆ ਪੰਧੇਰ, ਪੰਧੇਰ ਨੂੰ ਉਹ ਪੈਂਡ ਹਰ ਕਹਿੰਦੀ ਆ, ਸੈਂਡੀ ਪੈਂਡਰ। ਹੁਣ ਇਸ ਤਰ੍ਹਾਂ ਕਈ ਕੁਛ ਬਦਲ ਜਾਂਦਾ ਹੁੰਦਾ, ਜੇ ਇੱਦਾਂ ਦੀ ਗੱਲ ਇੱਥੇ ਵੀ ਆ। ਤੇ ਉਹ ਜਿਹੜੀ ਬਬੀਤਾ ਫੋਗਟ ਆ, ਫੋਗਟ ਆ ਕਿ ਫੋਕਟ ਆ ਮੈਨੂੰ ਨਹੀਂ ਪਤਾ, ਪਰ ਉਹਦਾ ਜਿਹੜਾ ਬਿਆਨ ਆ ਉਹ ਫੋਕਟ ਆ। ਉਹਨੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਤਬਲੀਗੀ ਜਮਾਤ ਵਾਲਿਆਂ ਦੇ ਖਿਲਾਫ ਵਰਤੀ, ਉਹ ਜਿਹੜੀ ਪਾਰਟੀ ਨੂੰ ਟਿਕਟ ਦਿੱਤੀ ਸੀ, ਚੋਣ ਲੜਾਈ ਸੀ, ਪਾਰ ਤਾਂ ਲੱਗ ਨਹੀਂ ਸਕੀ, ਪਰ ਉਹ ਪਾਰਟੀ ਦੀ ਸੋਚ ਉਹਦੇ ਸਿਰ ਚ ਬਹਿ ਗਈ ਹੈ। ਹੁਣ ਉਹ ਇਸ ਗੱਲ ਵਾਸਤੇ ਖੁਸ਼ ਕਰਦੀ ਪਈ ਹੈ ਕਿ ਅਗਲੀ ਵਾਰੀ ਫਿਰ ਟਿਕਟ ਮਿਲ ਜਾਵੇ ਜਾਂ ਕਿਸੇ ਹੋਰ ਥਾਂ ਤੇ ਐਡਜਸਟ ਕਰ ਦੇਣ। ਉਹਦੀ ਸ਼ਬਦਾਵਲੀ ਤੋਂ ਅੱਗੇ ਵੀ ਇੱਕ ਦਿਨ ਰੌਲਾ ਪਿਆ, ਉਦੋਂ ਵੀ ਉਹਨੇ ਟਵੀਟ ਕੀਤਾ ਸੀ, ਪਰ ਜਦੋਂ ਰੌਲਾ ਪੈ ਗਿਆ ਤੇ ਇਕ ਘੰਟੇ ਬਾਅਦ ਉਹਨੇ ਟਵੀਟ ਉਹ ਵਾਪਸ ਲੈ ਲਿਆ ਸੀ। ਅੱਜ ਉਹਨੇ ਫਿਰ ਟਵੀਟ ਕਰਤਾ, ਕਹਿੰਦੀ ਮੈਂ ਡਰਨ ਵਾਲੀ ਨੀ, ਮੈਂ ਕਿਸੇ ਦੀ ਪਰਵਾਹ ਨੀ ਕਰਦੀ। ਭਾਈ ਤੂੰ ਪਰਵਾਹ ਕਰਦੀ ਕਿ ਨਹੀਂ ਕਰਦੀ? ਇਹ ਜਿਹੜਾ ਦੇਸ਼ ਆ, ਦੇਸ਼ ਦੇ ਜਿਹੜੇ ਲੋਕ ਆ, ਇਨ੍ਹਾਂ ਜੇ ਇਕੱਠੇ ਰਹਿਣਾ ਤੇ ਇਨ੍ਹਾਂ ਨੂੰ ਪਰਵਾਹ ਕਰਨੀ ਪੈਣੀ ਆ। ਲੋਕ ਸਮਝਦੇ ਆ ਕਿ ਆਹ ਮੌਕਾ ਇਹੋ ਜਿਹੇ ਕਮਿਊਨਿਜ਼ਮ ਵਾਲਾ ਨਹੀਂ ਗਾ, ਇਸ ਮੌਕੇ ਤੇ ਸਾਰੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ, ਇਹ ਸਮਝਣਾ ਚਾਹੀਦਾ ਕਿ ਚੌਥਾ ਕੇਸ ਹੋ ਗਿਆ, ਕੱਲ ਚੌਥਾ ਕੇਸ ਸੀਗਾ ਜਿਹਦੇ ਚ ਇੰਦੌਰ ਦੇ ਵਿਚ ਇਕ ਹਿੰਦੂ ਔਰਤ ਮਰ ਗਈ, ਪਤੀ ਉਹਦਾ ਕਿਸੇ ਥਾਂ ਤੇ, ਕਰਫਿਊ ਚ ਫਸਿਆ, ਮੁੰਡਾ ਉਹਦਾ ਕਿਸੇ ਥਾਂ ਤੇ, ਕੋਈ ਰਿਸ਼ਤੇਦਾਰ ਵੀ ਆ ਨਹੀਂ ਸਕਿਆ, ਤੇ ਮੁਸਲਮਾਨਾਂ ਨੇ ਆਪੋ ਚ ਪੈਸੇ ਇਕੱਠੇ ਕਰਕੇ ਖੱਪਣ ਲਿਆਂਦਾ, ਮੁਸਲਮਾਨਾਂ ਨੇ ਹੱਥੀ ਬਣਾਈ ਆ ਤੇ ਮੋਢਿਆਂ ਤੇ ਚੁੱਕ ਕੇ, ਤੇ ਜਿਹੜੇ ਮੁਸਲਮਾਨ ਅੱਲਾ ਅੱਲਾ ਜਪਣ ਵਾਲੇ ਆ ਉਹ ਉਸ ਬੀਬੀ ਦੀ ਖਾਤਰ ਕਰਦੇ ਜਾ ਰਹੇ ਆ, ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ, ਤੇ ਉਨ੍ਹਾਂ ਨੇ ਜਾ ਕੇ ਬੀਬੀ ਦੀ ਚਿਖਾ ਬਣਾਈ ਤੇ ਉਨ੍ਹਾਂ ਨੇ ਅੱਗ ਦਿੱਤੀ ਆ। ਉਹ ਬੀਬੀ ਵਿਚਾਰੀ ਨੂੰ ਤੇ ਕਿਸੇ ਹਿੰਦੂ ਤੋਂ ਅੱਗ ਵੀ ਨਹੀਂ ਮਿਲੀ, ਉਹਨੂੰ ਅੱਗ ਵੀ ਮੁਸਲਮਾਨਾਂ ਨੇ ਦਿੱਤੀ ਆ। ਮੁਸਲਮਾਨਾਂ ਵਿਚ ਚੰਗੇ ਬੰਦੇ ਵੀ ਮਾੜੇ ਵੀ ਆ ਤੇ ਹਿੰਦੂਆਂ ਵਿਚ ਚੰਗੇ ਤੇ ਮਾੜੇ ਦੋਵੇਂ ਨੀ, ਇਹ ਸਾਰੀਆਂ ਥਾਵਾਂ ਤੇ ਹੁੰਦੇ ਆ। ਕਿਸੇ ਕਿਸਮ ਦੀ ਕੌੜ ਫਿੱਕ ਵੀ ਹੋਵੇ ਤੇ ਇਹੋ ਜਿਹੇ ਮੌਕੇ ਤੇ ਬਬੀਤਾ ਫੋਗਟ ਨੂੰ ਇਹ ਫੋਗਟ ਦਾ ਬਿਆਨ ਦੇ ਕੇ ਇਹੋ ਜਿਹੀ ਰਾਜਨੀਤੀ ਨਹੀਂ ਸੀ ਕਰਨੀ ਚਾਹੀਦੀ, ਇਹਨੇ ਗਲਤ ਕੀਤਾ। ਤੇ ਪੰਨੂ ਸਾਹਿਬ, ਲੋਕਾਂ ਨੇ ਵੀ ਫਿਰ ਲੱਸੀ ਟਕਾ ਕੇ ਕੀਤੀ ਕਿ ਤੁਹਾਡੇ ਤੇ ਫਿਲਮ ਬਣਾਉਣ ਵਾਲਾ ਵੀ ਇੱਕ ਜਿਹੜਾ ਮੁਸਲਮਾਨ ਹੀ ਸੀਗਾ, ਜਿਹਦੇ ਕਰਕੇ ਤੁਸੀਂ ਚਰਚਾ ਕੀਤੀ। ਇਹੀ ਗੱਲ ਹੈ ਨਾ, ਇਸ ਗੱਲ ਦਾ ਚੇਤਾ ਕਿੱਥੇ ਰੱਖਿਆ ਜਾਂਦਾ? ਜੇ ਚੇਤਾ ਤੁਹਾਨੂੰ ਹੋਰ ਦੱਸ ਦਿੰਦਾ, ਭਾਰਤ ਵਿਚ ਫਿਰਕੂਪੁਣੇ ਦੀ ਜਿਹੜੀ ਲਹਿਰ ਚੱਲੀ ਜੀ, ਉਹ ਲਾਲ ਕ੍ਰਿਸ਼ਨ ਅਡਵਾਨੀ ਦੇ ਉਸ ਰਸ ਤੋਂ ਸੀ ਜਿਹੜਾ ਉਹਨੇ ਰਾਮ ਮੰਦਿਰ ਬਣਾਉਣ ਤੋਂ ਪਹਿਲਾਂ ਬਾਬਰੀ ਮਸਜਿਦ ਢਾਉਣ ਵਾਸਤੇ ਚਲਾਇਆ ਸੀ ਜੀ, ਤੇ ਜਿਹੜਾ ਉਹ ਰਾਮ ਰਾਥੇ ਨੇ ਚਲਾਇਆ, ਉਸ ਬੱਸ ਦਾ ਡਰਾਈਵਰ ਇਕ ਮੁਸਲਮਾਨ ਮੁੰਡਾ ਸੀ ਜੀ। ਦੂਸਰੇ ਪਾਸੇ ਵੇਖੋ, ਅਸੀਂ ਅੱਜ ਤੱਕ ਗਾਉਂਦੇ ਹਾਂ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਬਿਲਕੁਲ ਇਕ ਮੁਸਲਮਾਨ ਨੇ ਲਿਖਿਆ ਸੀ, ਫਿਰ ਅਸੀਂ ਉਹ ਕਿਉਂ ਗਾਉਂਦੇ ਪਏ ਹਾਂ? ਸਾਡੇ ਕੋਲ ਇਹੋ ਜਿਹੇ ਬਹੁਤ ਸਾਰੇ ਮੌਕੇ ਆਏ ਆ। ਮੈਂ ਤੁਹਾਨੂੰ ਦੱਸਾਂ ਕਿ ਕੁਝ ਸਾਲ ਪਹਿਲਾਂ ਅੰਮ੍ਰਿਤਸਰ ਦੇ ਵਿਚ ਇਕ ਆਰਮੀ ਸੈਮੀਨਾਰ ਹੋਇਆ ਜੀ, ਉਹ ਚ ਬੜੇ ਸੀਨੀਅਰ ਪੱਤਰਕਾਰ ਵੀ ਸੀ, ਮੈਂ ਵੀ ਸੀ। ਮੈਂ ਪਹਿਲਾਂ ਕਿਹਾ ਸੀ ਕਿ ਮੈਂ ਬੋਲਣਾ ਨਹੀਂ ਜੀ, ਮੈਂ ਚੁੱਪ ਕਰਕੇ ਸਿਰਫ ਸੁਣਨਾ ਹੀ ਚਾਹੁੰਦਾ ਸੀ। ਅਗਲੇ ਦਿਨ ਤੱਕ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਮੈਂ ਬੋਲਿਆ ਨਹੀਂ, ਮੈਨੂੰ ਬੋਲਣਾ ਪਿਆ ਜੀ। ਇਕ ਬਹੁਤ ਸੀਨੀਅਰ ਪੱਤਰਕਾਰ, ਉਮਰ ਚ ਮੇਰੇ ਤੋਂ ਛੋਟਾ ਸੀ, ਉਹ ਮੁੰਬਈ ਤੋਂ ਆਇਆ ਸੀ, ਉਹਨੇ ਤਕਰੀਰ ਤੇ ਕਰਨੀ ਸੀ ਦੇਸ਼ ਦੀ ਏਕਤਾ ਅਖੰਡਤਾ ਤੇ, ਤੇ ਕਰਨ ਲੱਗ ਪਿਆ ਇਸ ਗੱਲ ਤੇ ਕਿ ਸਾਡੇ ਦੇਸ਼ ਵਿਚ ਇਹੋ ਜਿਹੇ ਲੋਕ ਵੀ ਆ, ਜਿਸ ਦਿਨ ਪਾਕਿਸਤਾਨ ਜਿੱਤ ਜਾਵੇ ਤੇ ਰਾਤ ਨੂੰ ਉਹ ਪਟਾਕੇ ਚਲਾਉਂਦੇ ਤੇ ਜਕਾਰੇ ਛੱਡਦੇ ਆ, ਤੇ ਜੇ ਭਾਰਤ ਜਿੱਤ ਜਾਵੇ ਤੇ ਉਹ ਅੰਦਰ ਵੜ ਜਾਂਦੇ ਆ, ਖਿੱਚ ਜਾਂਦੇ ਆ। ਉਹਦਾ ਸਾਰਾ ਅਟੈਕ ਮੁਸਲਮਾਨਾਂ ਦੇ ਉੱਤੇ ਸੀ ਜੀ। ਉਸ ਤੋਂ ਬਾਅਦ ਮੈਂ ਫਿਰ ਚਿੱਟ ਘੱਲੀ, ਮੈਂ ਆਖਿਆ ਜੀ ਮੈਂ ਬੋਲਣਾ ਚਾਹੁੰਦਾ। ਮੈਂ ਜਦੋਂ ਬੋਲਣ ਗਿਆ ਮੈਂ ਆਖਿਆ ਜੀ ਮੈਂ ਕਿੰਨੇ ਮਿੰਟ ਬੋਲਾਂ ਜੀ, ਤੇ ਉਹ ਮੇਜਰ ਜਨਰਲ
ਉਹ ਕਹਿੰਦਾ ਜੀ ਮੈਂ ਤੇ ਤੁਹਾਨੂੰ ਕੱਲ ਵੀ ਆਖਿਆ ਸੀ ਬੋਲੋ ਤੁਸੀਂ ਆਪ ਹੀ ਨਾ ਕੀਤੀ ਸੀ ਤੁਹਾਡਾ ਤੇ ਕੱਲ ਦਾ ਵੀ ਟਾਈਮ ਪਿਆ ਤੁਸੀਂ 10 ਮਿੰਟ ਤੱਕ ਬੋਲੋ 15 ਮਿੰਟ ਬੋਲੋ ਤੁਹਾਡੇ ਕੋਲ ਕਹਿਣਾ ਮੈਂ ਫਿਰ 15-20 ਮਿੰਟ ਤਾਂ ਨਹੀਂ ਲਾਏ ਪਰ 10 ਮਿੰਟ ਚ ਆਪਣੀ ਗੱਲ ਕੀਤੀ ਤੇ ਮੈਂ ਆਖਿਆ ਮੈਂ ਕਿਹਾ ਜਿਹੜੇ ਸੱਜਣ ਹੁਣੇ ਬੋਲ ਕੇ ਗਏ ਆ ਇਹ ਭਾਸ਼ਣ ਬਾਹਰ ਸਿਆਸੀ ਰੈਲੀਆਂ ਚ ਕਰਕੁਰ ਲਿਆ ਕਰਨ ਆਰਮੀ ਚ ਕਰਨ ਵਾਲੇ ਨਹੀਂ ਜੇ ਆਰਮੀ ਚ ਕਰਨੇ ਆ ਤੇ ਭਾਰਤ ਦੀ ਆਰਮੀ ਦੀਆਂ ਮਾਣਮੱਤੀਆਂ ਰਵਾਇਤਾਂ ਦਾ ਚੇਤਾ ਕਰੋ 1947 ਚ ਇਹ ਦੇਸ਼ ਧਰਮ ਦੇ ਨਾਂ ਤੇ ਵੰਡਿਆ ਗਿਆ ਸੀ ਕੱਟੜਪੰਥੀ ਮੁਸਲਮਾਨ ਪਾਕਿਸਤਾਨ ਬਣਾ ਕੇ ਬਹਿ ਗਏ ਸਨ ਪਰ ਜਿੰਨੇ ਉਧਰ ਗਏ ਸਨ ਲਗਭਗ ਉਨੇ ਕੁ ਮੁਸਲਮਾਨ ਜਿਹੜੇ ਸੈਕੂਲਰ ਸੋਚ ਵਾਲੇ ਸੀ ਉਹ ਭਾਰਤ ਵਿਚ ਰਹਿ ਗਏ ਸੀ ਤੇ 6 ਮਹੀਨੇ ਨਹੀਂ ਸੀ ਲੰਘੇ ਪਾਕਿਸਤਾਨ ਨੇ ਜੰਮੂ ਕਸ਼ਮੀਰ ਵਿਚ ਹਮਲਾ ਕਰ ਦਿੱਤਾ ਸੀ ਕਸ਼ਮੀਰ ਦੇ ਉੱਤੇ ਕਬਜ਼ਾ ਕਰਨ ਵਾਸਤੇ ਉਹਦੀ ਆਰਮੀ ਜਿਹੜੀ ਉਹ ਇਸਲਾਮਿਕ ਆਰਮੀ ਸੀਗੀ ਪਾਕਿਸਤਾਨ ਦੀ ਤੇ ਉਹਦੇ ਖਿਲਾਫ ਭਾਰਤ ਦੀ ਸੈਕੂਲਰ ਆਰਮੀ ਵੱਲੋਂ ਲੜਦਿਆਂ ਹੋਇਆ ਜਿਹੜੇ ਬ੍ਰਿਗੇਡੀਅਰ ਉਸਮਾਨ ਅਲੀ ਨੇ ਜਾਨ ਦਿੱਤੀ ਸੀ ਤੇ ਜਿਹਨੂੰ ਵੀਰ ਚੱਕਰ ਮਿਲਿਆ ਸੀ ਕਹਿ ਦੋ ਆਜ਼ਾਦੀ ਤੋਂ ਬਾਅਦ ਭਾਰਤ ਦਾ ਪਹਿਲਾ ਜਾਂ ਦੂਜਾ ਵੀਰ ਚੱਕਰ ਸੀ ਉਹ ਉਸਮਾਨ ਅਲੀ ਮੁਸਲਮਾਨ ਸੀ ਤੁਸੀਂ ਮੈਂ ਕਿਹਾ ਇੱਥੇ ਆਰਮੀ ਚ ਆ ਕੇ ਇਹੋ ਜਿਹੀਆਂ ਤਕਰੀਰਾਂ ਕਰਦੇ ਆ ਉਹਦਾ ਵੀ ਚੇਤਾ ਭੁਲਾ ਦਿੰਦੇ ਫਿਰ ਮੈਂ ਆਖਿਆ ਆਪਾਂ ਅੰਮ੍ਰਿਤਸਰ ਚ ਬੈਠੇ ਆ ਇੱਥੋਂ ਸਾਰਾ ਮਸਾਂ 40-50 ਕਿਲੋਮੀਟਰ ਹੋਣਾ ਤੇ ਖੇਮਣ ਨੂੰ ਜਾਈਏ ਤੇ ਖੇਮ ਕਰਨ ਤੋਂ ਪਹਿਲਾਂ ਅਮਰਕੋਟ ਲੰਘ ਕੇ ਇੱਕ ਸਮਾਧ ਆਉਂਦੀ ਆ ਸੜਕ ਦੇ ਉੱਤੇ ਬਣੀ ਉਹਨੂੰ ਸਮਾਧ ਕਹਿ ਲੋ ਕਬਰ ਕਹਿ ਲੋ ਇੱਕ ਕੰਪਨੀ ਕੁਆਟਰ ਮਾਸਟਰ ਹਵਾਲਦਾਰ ਮੇਜਰ ਸੀਗਾ ਅਬਦੁਲ ਹਮੀਦ ਉਹਨੇ ਭਾਰਤ ਦੀ ਸੈਕੂਲਰ ਆਰਮੀ ਵੱਲੋਂ ਲੜਦਿਆਂ ਇਸਲਾਮਿਕ ਦੇਸ਼ ਪਾਕਿਸਤਾਨ ਦੇ 7 ਟੈਂਕ ਤੋੜੇ ਤੇ ਉੱਥੇ ਸ਼ਹੀਦ ਹੋਇਆ ਸੀ ਉਹ ਜਿਹੜਾ ਹਵਾਲਦਾਰ ਅਬਦੁਲ ਹਮੀਦ ਸੀ ਭਾਰਤ ਦੀ ਖਾਤਰ ਲੜਦਾ ਸ਼ਹੀਦ ਹੋਇਆ ਉਹਦੀ ਜਿਹੜੀ ਕਬਰ ਬਣੀ ਜਾਂ ਸਮਾਧੀ ਕਹਿ ਲੋ ਅੱਜ ਉਸ ਇਲਾਕੇ ਦੀਆਂ ਔਰਤਾਂ ਉੱਥੇ ਆ ਕੇ ਮੱਥਾ ਟੇਕ ਕੇ ਦੁੱਧ ਪੁੱਤ ਮੰਗਦੀਆਂ ਨੇ ਉਹਦੇ ਤੋਂ ਪਰ ਆਰਮੀ ਹਰ ਸਾਲ ਜਾ ਕੇ ਉਹਦੀ ਸਮਾਧ ਦੇ ਉੱਤੇ ਮੇਲਾ ਕਰਾਉਂਦੀ ਆ ਕਿ ਉਸ ਬੰਦੇ ਨੇ 7 ਟੈਂਕ ਤੋੜੇ ਤੇ ਪਾਕਿਸਤਾਨ ਦਾ 84 ਟੈਂਕਾਂ ਦਾ ਹੱਲਾ ਮੋੜਨ ਦੇ ਵਿਚ ਸਭ ਤੋਂ ਵੱਡਾ ਰੋਲ ਉਹਦਾ ਸੀ ਤੇ ਤੂੰ ਮੈਂ ਕਿਹਾ ਇੱਥੋਂ ਦੀ ਆਰਮੀ ਨੂੰ ਆ ਕੇ ਤੇ ਹਰ ਜਿਹੜੀਆਂ ਪੱਟੀਆਂ ਪੜਾਉਣ ਡਿਆ ਤੂੰ ਇੱਥੇ ਨਾ ਪੜਾਉਂਦਾ ਤੇਰੇ ਕੋਲ ਹੋਰ ਬਾਹਰ ਕੋਈ ਥਾਵਾਂ ਹੈ ਨੀਗੀ ਉੱਥੇ ਕਰ ਲੈਂਦਾ ਇਹ ਕੁਝ ਲੋਕ ਹੈ ਜਿਹੜੇ ਇਹੋ ਜਿਹੀਆਂ ਗੱਲਾਂ ਨੂੰ ਭੁੱਲ ਜਾਂਦੇ ਆ ਇਸ ਦੇਸ਼ ਦੀਆਂ ਬਹੁਤ ਸੈਕੂਲਰ ਰਵਾਇਤਾਂ ਨੇ ਉਨ੍ਹਾਂ ਚ ਚੇਤਾ ਰੱਖਣਾ ਚਾਹੀਦਾ ਪਰ ਚੇਤਾ ਰੱਖੇ ਕੌਣ ਜਦੋਂ ਇੰਗਲੈਂਡ ਦੇ ਮੈਨਚੈਸਟਰ ਦੇ ਵਿਚ ਉਥੇ ਇਕ ਮਿਊਜ਼ਿਕ ਕਨਸਰਟ ਦੇ ਮੌਕੇ ਹਮਲਾ ਹੋਇਆ ਤੇ 50-60 ਲੋਕ ਮਾਰੇ ਗਏ ਸਨ ਜ਼ਖਮੀ ਬਹੁਤ ਹੋਏ ਸਨ ਤੇ ਇਕ ਮੁਸਲਮਾਨ ਡਾਕਟਰ 26 ਘੰਟੇ ਲਗਾਤਾਰ ਆਪਰੇਸ਼ਨ ਥੀਏਟਰ ਚ ਮਰੀਜ਼ਾਂ ਦਾ ਇਲਾਜ ਕਰਦਾ ਰਿਹਾ ਉਥੇ ਜ਼ਖਮੀ ਹੋਇਆ ਦਾ ਜਦੋਂ ਬਾਹਰ ਨਿਕਲਿਆ ਤੇ ਇਕ ਨਸਲਵਾਦੀ ਗੋਰੇ ਨੇ ਉਹਦੀ ਸ਼ਕਲ ਵੇਖ ਕੇ ਵੀ ਇਹ ਮੁਸਲਮਾਨ ਤੇ ਆਖਿਆ ਇਹੋ ਜਿਹੇ ਲੋਕ ਆ ਜਿਨ੍ਹਾਂ ਦਾ ਕਰਕੇ ਸਾਡਾ ਇੰਗਲੈਂਡ ਜਿਹੜਾ ਮੁਸੀਬਤਾਂ ਚੱਲਦਾ ਪਿਆ ਉਹਦਾ ਕਰਕੇ ਮੁਸੀਬਤਾਂ ਚੱਲਦਾ ਸੀ ਉਹਦੇ ਵਿਚਾਰਾ 26 ਘੰਟੇ ਤੱਕ ਲਗਾਤਾਰ ਇੰਗਲੈਂਡ ਦੇ ਲੋਕਾਂ ਨੂੰ ਆਪਣੇ ਲੋਕ ਸਮਝ ਕੇ ਤੇ ਬਚਾਉਣ ਲੱਗਾ ਰਿਹਾ ਸੀ ਤੇ ਉਹਨੇ ਹੱਸ ਕੇ ਔੜ ਜੀ ਇੰਨਾ ਹੀ ਆਖਿਆ ਸੀ ਕੋਈ ਨੀ ਮੈਂ ਆਪਣਾ ਕੰਮ ਕਰ ਰਿਹਾ ਤੁਸੀਂ ਆਪਣਾ ਕੰਮ ਕਰੀ ਚਲੋ ਉਹਦਾ ਕੰਮ ਕੀ ਸੀ ਜਾਨਾਂ ਬਚਾਉਣੀਆਂ ਨਸਲਵਾਦੀ ਦਾ ਕੰਮ ਸੀ ਨਸਲਵਾਦ ਫੈਲਾਉਣਾ ਇਹ ਬੀਬੀ ਬਬੀਤਾ ਫੋਗਟ ਐ ਸੁੜੇ ਜਿਹੜੀ ਕੰਪਨੀ ਚ ਬੰਦਾ ਕੰਪਨੀ ਤੋਂ ਹੀ ਪਛਾਣਿਆ ਜਾਂਦਾ ਨਿੱਜ ਤੋਂ ਘੱਟ ਪਛਾਣਿਆ ਜਾਂਦਾ ਜੀ ਪੰਤ ਸਾਹਿਬ ਅਗਲੀ ਗੱਲ ਕਰੀਏ ਜੀ ਜਿਹੜੀਆਂ ਭੀੜਾਂ ਨੇ ਭਾਰਤ ਦੇ ਵਿਚ ਹੁਣ ਉਹ ਇੱਕ ਦੋ ਥਾਵਾਂ ਤੇ ਬਾਹਰ ਨਿਕਲੀਆਂ ਰੌਲਾ ਰੱਪਾ ਵੱਡੇ ਪੱਧਰ ਤੇ ਪਿਆ ਕੁਝ ਜਿਹੜੀਆਂ ਭੀੜਾਂ ਬਾਹਰ ਨਿਕਲੀਆਂ ਨੇ ਇਹਦੇ ਵਿਚ ਕੁਝ ਨਾ ਕੁਝ ਤਾਂ ਲੱਗਦਾ ਕਿ ਰਾਜਨੀਤੀ ਵੀ ਹੋਈ ਆ ਉਨ੍ਹਾਂ ਨੂੰ ਜਿਹੜੇ ਢੰਗ ਨਾਲ ਭੜਕਾਇਆ ਗਿਆ ਕਿ ਤੁਸੀਂ ਇੱਥੇ ਮੁੰਬਈ ਚ ਬੈਠੇ ਹੋ ਤੁਸੀਂ ਇੰਨੇ ਦਿਨਾਂ ਤੋਂ ਬੈਠਿਆ ਤੁਹਾਡੇ ਵਾਸਤੇ ਕੁਝ ਹੋ ਨਹੀਂ ਰਿਹਾ ਉਨ੍ਹਾਂ ਭੀੜਾਂ ਚ ਜਿਹੜੇ ਲੋਕ ਸਨ ਬਿਨਾਂ ਸ਼ੱਕ ਉਹ ਖਿਜੇ ਬੈਠੇ ਸਨ ਅੱਗੇ ਬੈਠੇ ਸਨ ਜਦੋਂ ਇੰਨੇ ਦਿਨਾਂ ਤੋਂ ਆਪਣੇ ਪਰਿਵਾਰਾਂ ਤੋਂ ਦੂਰ ਨੇ ਰੇਲ ਗੱਡੀਆਂ ਬੰਦ ਹੈ ਇੱਥੇ ਇੱਕ ਟਾਈਮ ਖਾਣਾ ਮਿਲਦਾ ਮੁੜ ਕੇ ਦੂਜੇ ਟਾਈਮ ਥੋੜਾ ਬਹੁਤ ਮਿਲ ਜਾਂਦਾ ਜਿੰਨਾ ਮਰਜ਼ੀ ਸਰਕਾਰਾਂ ਆਖਣ ਅਸੀਂ ਸਾਰਾ ਪ੍ਰਬੰਧ ਕਰ ਰਹੇ ਹਾਂ ਪਰ ਸਾਰਾ ਪ੍ਰਬੰਧ ਉਦਾਂ ਦਾ ਨਹੀਂ ਹੋ ਸਕਦਾ ਜਿੱਦਾਂ ਦਾ ਬੰਦਾ ਆਪਣੇ ਘਰ ਚ ਬਣਾ ਕੇ ਖਾਣਾ ਖਾ ਸਕਦਾ ਮਜਬੂਰੀਆਂ ਤਾਂ ਹੁੰਦੀਆਂ ਨੇ ਉਨ੍ਹਾਂ ਮਜਬੂਰੀਆਂ ਦੇ ਮਾਰੇ ਲੋਕਾਂ ਦੇ ਅੱਗੇ ਇੱਕ ਮਜਬੂਰੀ ਇਹ ਵੀ ਹੈ ਕਿ ਹੁਣ ਜਦੋਂ ਕਰਫਿਊ ਹਟਣਾ ਭਾਵੇਂ ਮਈ ਚ ਹਟੇ ਪਤਾ ਨਹੀਂ ਗਾ ਜੂਨ ਤੱਕ ਹੀ ਚਲਾ ਜਾਵੇ ਕੀ ਪਤਾ ਕਿੱਥੋਂ ਤੱਕ ਜਾਣਾ ਜਦੋਂ ਇਹ ਹਟੇਗਾ ਤੇ ਫਿਰ ਇਹ ਲਾਕਡਾਊਨ ਟੁੱਟਣ ਤੋਂ ਬਾਅਦ ਹੁਣ ਵਾਲੇ ਕਾਰੋਬਾਰ ਹੁਣ ਵਾਂਗ ਤਾਂ ਨਹੀਂ ਚੱਲ ਸਕਣੇ ਇਹ ਤਾਂ ਬੜੀ ਸਮੱਸਿਆ ਆਉਣੀ ਆ ਜਦੋਂ ਸਮੱਸਿਆ ਆਉਣੀ ਆ ਨੌਕਰੀਆਂ ਪਤਾ ਨਹੀਂ ਮਿਲਣੀਆਂ ਕਿ ਨਹੀਂ ਮਿਲਣੀਆਂ ਹੁਣ ਵਾਲੀਆਂ ਛੋਟੀਆਂ ਫੈਕਟਰੀਆਂ ਉਦੋਂ ਤੱਕ ਪਤਾ ਨਹੀਂ ਚੱਲਣ ਜੋਗੀਆਂ ਰਹਿਣੀਆਂ ਕਿ ਨਹੀਂ ਰਹਿਣੀਆਂ ਹਾਲਾਤ ਇਸ ਤਰ੍ਹਾਂ ਦੇ ਬਣਦੇ ਜਾਂਦੇ ਆ ਕਿ ਕਈ ਕਾਰੋਬਾਰ ਬੰਦ ਹੋਣ ਦੀ ਨੌਬਤ ਆ ਸਕਦੀ ਹੈ ਜਿਹੜਾ ਛੋਟੀ ਪੂੰਜੀ ਵਾਲਾ ਕਾਰੋਬਾਰੀ ਹੈ ਜਾਂ ਫੈਕਟਰੀ ਦਾ ਮਾਲਕ ਹੈ ਸਰਕਾਰ ਦੀ ਹਦਾਇਤ ਹੈ ਕਿ ਤੂੰ ਇਨ੍ਹਾਂ ਸਾਰਿਆਂ ਨੂੰ ਆਪਣੇ ਕਾਮਿਆਂ ਨੂੰ ਘਰ ਬੈਠਿਆਂ ਨੂੰ ਬਿਨਾਂ ਕੰਮ ਤੋਂ ਵੀ ਤਨਖਾਹ ਦੇ ਕੰਮ ਹੋਵੇ ਕੋਈ ਨਾ
ਮਾਲ ਬਣੇ ਕੋਈ ਨਾ, ਮਾਲ ਵਿਕੇ ਕੋਈ ਨਾ, ਘਰ ਬੈਠੇ ਕਾਮਿਆਂ ਨੂੰ ਵੀ ਸਰਕਾਰ ਦੇ ਹੁਕਮ ਤੇ ਤਨਖਾਹ ਦੇਵੇ, ਉਹਦੀ ਰਾਸਤਾ ਇੰਨੇ ਚ ਖਤਮ ਹੋ ਜਾਣੀ ਆ। ਜਦੋਂ ਕਰਫਿਊ ਖਤਮ ਹੋਇਆ ਤੇ ਦੁਬਾਰਾ ਫੈਕਟਰੀ ਉਹ ਕਾਹਦੇ ਨਾਲ ਚਲਾਵੇਗਾ? ਇਹ ਗੱਲ ਸਾਨੂੰ ਪਾਸੇ ਬੈਠਿਆਂ ਨੂੰ ਸਮਝ ਲੱਗੇ ਨਾ ਲੱਗੇ, ਜਿਹੜੇ ਮਜ਼ਦੂਰ ਫੈਕਟਰੀ ਨਾਲ ਸਬੰਧਤ ਹੈ ਉਨ੍ਹਾਂ ਨੂੰ ਤੇ ਪਤਾ ਵੀ ਇਹ ਕਾਰੋਬਾਰ ਚੱਲ ਨਹੀਂ ਸਕਣਾ। ਜਿਹੜੀਆਂ ਵੱਡੀਆਂ ਫੈਕਟਰੀਆਂ ਕੱਲ ਨੂੰ ਕਾਰਾਂ ਬਣਾਉਣਗੀਆਂ, ਪਹਿਲੀ ਗੱਲ ਤਾਂ ਇਹ ਆ ਕਿ ਅੱਗੇ ਤੋਂ ਕੱਚਾ ਮਾਲ ਉਧਾਰ ਤੇ ਨਹੀਂ ਮਿਲਣਾ। ਹਰ ਇੱਕ ਆਖਣਾ ਭਾਈ ਸਾਹਿਬ ਪਹਿਲਾਂ ਪੈਸੇ ਦਿਓ ਫਿਰ ਅਸੀਂ ਤੁਹਾਨੂੰ ਕੱਚਾ ਮਾਲ ਦਿਆਂਗੇ। ਤੇ ਜਿੱਥੇ ਵੇਚਣਾ ਉਨ੍ਹਾਂ ਨੇ ਆਖਣਾ ਜੀ ਮਾਲ ਤਾਂ ਸਾਰਾ ਕੁਝ ਠੰਡਾ ਪਿਆ, ਤੁਸੀਂ ਏਦਾਂ ਕਰੋ ਸਾਡੇ ਕੋਲ ਉਧਾਰ ਚ ਭੇਜ ਦਿਓ, ਜੇ ਵਿਕ ਗਿਆ ਤਾਂ ਤੁਹਾਡੇ ਪੈਸੇ ਦੇ ਦਿਆਂਗੇ, ਨਹੀਂ ਤਾਂ ਤੁਹਾਡੀ ਅਮਾਨਤ ਸਾਡੇ ਕੋਲ ਪਈ ਹੈ, ਜਦੋਂ ਮਰਜ਼ੀ ਚੁੱਕ ਕੇ ਲੈ ਜਾਓ। ਉਨ੍ਹਾਂ ਦੇ ਵੀ ਕਾਰੋਬਾਰ ਤੇ ਅਸਰ ਪੈਣਾ। ਭਾਰਤ ਵਿਚ ਇਸ ਵੇਲੇ ਨਰਿੰਦਰ ਮੋਦੀ ਸਾਹਿਬ ਨੇ ਆਖਿਆ ਕਿ ਕੋਈ ਅਦਾਰਾ ਕਿਸੇ ਨੂੰ ਕੱਢੇ ਨਾ, ਪਰ ਸਰਕਾਰ ਦੇ ਨੇੜ ਵਾਲਾ ਜਿਹੜਾ ਸਭ ਤੋਂ ਵੱਡਾ ਮੀਡੀਆ ਹਾਊਸ ਆ ਉਹਨੇ ਆਪਣੇ ਕਈ ਬੰਦਿਆਂ ਨੂੰ ਸ਼ਾਂਤੀ ਦਾ ਨੋਟਿਸ ਦੇ ਦਿੱਤਾ, ਕੁਛ ਉਨ੍ਹਾਂ ਨੇ ਯੂਨਿਟ ਬੰਦ ਕਰਨੇ ਸ਼ੁਰੂ ਕਰਤੇ। ਇਹ ਗੱਲ ਮਜ਼ਦੂਰਾਂ ਨੂੰ ਪਤਾ ਤੇ ਮਜ਼ਦੂਰਾਂ ਨੂੰ ਇਕ ਬੰਦਾ ਵਿਨੇ ਦੁਬੇ ਨਾਂ ਦਾ ਉਹਨੇ ਇਕ ਸੱਦਾ ਦੇ ਦਿੱਤਾ ਕਿ ਆਪਣੇ ਉੱਥੇ ਹੁਣ ਰਹਿੰਦਾ ਅੱਜ ਕੋਈ ਨੀ, ਆਓ ਆਪਾਂ ਚੱਲੀਏ। ਉਹਨੇ ਸੱਦਾ ਦੇ ਦਿੱਤਾ ਬਾਂਦਰਾ ਸਟੇਸ਼ਨ ਤੇ ਆ ਜਾਓ। ਬਾਂਦਰਾ ਸਟੇਸ਼ਨ ਦੇ ਉੱਤੇ ਸਾਰੀ ਭੀੜ ਜਦੋਂ ਇਕੱਠੀ ਹੋਈ ਤੇ ਪੁਲਿਸ ਨੇ ਡੰਡੇ ਵੀ ਮਾਰੇ, ਧੱਕੇ ਵੀ, ਧੱਕ ਧਕਾ ਕੇ ਫਿਰ ਝੁੱਗੀਆਂ ਜਾ ਕੇ ਵਾੜ ਦਿੱਤੀ। ਅਗਲੇ ਦਿਨ ਦਿੱਲੀ ਚ ਹੋ ਗਿਆ। ਇਹ ਲੋਕ ਆਪਣੇ ਆਪ ਨਹੀਂ ਭੜਕਦੇ, ਲੁਧਿਆਣੇ ਵਿਚ ਵੀ ਪਰਸੋਂ ਬੈਠੇ ਰਹੇ ਸੜਕਾਂ ਤੇ ਆ ਕੇ, ਇਨ੍ਹਾਂ ਨੂੰ ਕੋਈ ਨਾ ਕੋਈ ਭੜਕਾਉਂਦਾ, ਕੋਈ ਚਾਬੀ ਦੇ ਕੇ ਉਕਸਾ ਕੇ ਸੜਕਾਂ ਤੇ ਲਿਆ ਰਿਹਾ। ਔਰ ਜੇ ਇੰਨੇ ਦਿਨਾਂ ਤੋਂ ਘਰਾਂ ਚ ਬੈਠੇ ਇਕ ਦੂਜੇ ਦੇ ਕੋਲ ਨਹੀਂ ਗਿਆ, ਸੋਸ਼ਲ ਡਿਸਟੈਂਸਿੰਗ ਚੱਲਦੀ ਪਈ ਹੈ, ਤੇ ਹੁਣ ਜਦੋਂ ਭੀੜਾਂ ਆ ਕੇ ਸਟੇਸ਼ਨਾਂ ਦੇ ਉੱਤੇ 10,000 15,000 ਬੰਦੇ ਇਕੱਠੇ ਹੋ ਜਾਂਦੇ ਆ, ਦਿੱਲੀ ਵਿਚ ਜਮੁਨਾ ਦਰਿਆ ਦੇ ਕੰਢੇ ਤੇ ਇਕੱਠੇ ਹੋ ਜਾਂਦੇ ਆ, ਇੰਨੀ ਭੀੜ ਜਦੋਂ ਮੋਢੇ ਨਾਲ ਮੋਢਾ ਜੁੜਦਾ ਪਿਆ, ਖਹਿ ਖਹਿ ਤੁਰਦੇ ਪਏ ਨੇ, ਤੇ ਕਿਹੜੀ ਸੋਸ਼ਲ ਡਿਸਟੈਂਸਿੰਗ ਰਹਿ ਗਈ? ਇਹਦਾ ਮਤਲਬ ਇਹ ਹੈ ਕਿ ਇਕ ਬੰਦਾ ਅਫਵਾਹ ਫੈਲਾਉਣ ਵਾਲਾ ਹੋਵੇ ਤੇ ਸਾਰੇ ਦੇ ਸਾਰੇ ਕਿੱਤੇ ਕਿਰਾਏ ਨੂੰ ਚੁਆਤੀ ਲਾ ਕੇ ਸਭ ਫੂਕ ਸਕਦਾ। ਉਹ ਬੰਦਾ ਕੌਣ ਹੈ? ਉਹਨੂੰ ਹੁਣ ਇਕ ਜਣੇ ਨੂੰ ਵਿਨੇ ਦੁਬੇ ਨੂੰ ਫੜਿਆ ਗਿਆ, ਉਹ ਆਖੀ ਕਹਿੰਦਾ ਜੀ ਮੈਂ ਤੇ ਮਜ਼ਦੂਰਾਂ ਦੇ ਭਲੇ ਵਾਸਤੇ ਕੀਤਾ, ਮੈਂ ਤੇ ਫੇਰ ਕਰੂੰਗਾ। ਤੇ ਜੇ ਉਹ ਫੇਰ ਕਰੂੰਗਾ ਕਹਿੰਦਾ ਤੇ ਉਹਦੇ ਉੱਤੇ ਇਹੋ ਜਿਹਾ ਕੇਸ ਲਾ ਕੇ ਜੇਲ੍ਹ ਭੇਜ ਦਿਓ ਜਦ ਤੱਕ ਸਮੱਸਿਆ ਹੱਲ ਨਹੀਂ ਹੋ ਜਾਂਦੀ, ਉਹਨਾਂ ਚਿਰ ਤੱਕ ਜੇਲ੍ਹ ਵਿਚ ਹੀ ਰਹੇ। ਦੇਸ਼ ਬਚਾਉਣਾ ਤੇ ਇਹੋ ਜਿਹੇ ਸਖ਼ਤ ਕਦਮ ਚੁੱਕਣੇ ਪੈਣਗੇ। ਜੀ ਪੰਨ ਸਾਹਿਬ, ਇੱਕ ਛੋਟੀ ਜਿਹੀ ਬ੍ਰੇਕ ਲਈ ਹੈ ਜੀ, ਬ੍ਰੇਕ ਤੋਂ ਬਾਅਦ ਆਪਾਂ ਫੇਰ ਜੁੜਦੇ ਹਾਂ। ਸੋ ਜਤਿੰਦਰ ਪੰਨ ਸਾਹਿਬ ਦੇ ਨਾਲ ਦੋਸਤੋ ਆਪਾਂ ਸਾਂਝ ਪਾ ਰਹੇ ਹਾਂ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਾਂਝ ਸਰਗਰਮ ਰਹੂਗੀ ਇਸੇ ਪਲੇਟਫਾਰਮ ਤੇ। ਪਲੇਟਫਾਰਮ ਕਟੇਸ਼ਨ ਵੀ ਹੁੰਦਾ, ਇੱਕ ਬ੍ਰੇਕ ਹੁੰਦੀ ਹੈ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਹਾਜ਼ਰ ਹਾਂ ਜੀ, ਤੇ ਜਤਿੰਦਰ ਪੰਨੂ ਜੀ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ। ਪੰਨ ਸਾਹਿਬ, ਭੀੜ ਤਾਂ ਡਾਕਟਰਾਂ ਦੇ ਉੱਤੇ ਵੀ ਹਮਲੇ ਕਰ ਰਹੀ ਹੈ ਜੀ। ਦੇਖੋ, ਜਿਹੜੇ ਡਾਕਟਰਾਂ ਤੇ ਹਮਲੇ ਹੋਏ ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਜੀ, ਯੂਪੀ ਦੇ ਵਿਚ ਮੁਰਾਦਾਬਾਦ ਚ, ਬਿਹਾਰ ਦੇ ਔਰੰਗਾਬਾਦ ਚ, ਇਹ ਤਿੰਨ ਥਾਵਾਂ ਤੇ ਵੱਧ ਹੋਏ ਆ। ਦਿੱਲੀ ਚ ਵੀ ਇਕ ਥਾਂ ਤੇ ਹੋਇਆ, ਬਾਕੀ ਥਾਵਾਂ ਤੇ ਛੋਟੇ ਮੋਟੇ ਨੇ। ਹੋਇਆ ਇਹ ਕਿ ਡਾਕਟਰ ਕੱਲੇ ਨੀ, ਉਨ੍ਹਾਂ ਦੇ ਨਾਲ ਕੁਝ ਹੋਰ ਸਟਾਫ ਵੀ, ਕਿਤੇ ਕਿਤੇ ਪੁਲਿਸ ਵਾਲੇ ਵੀ, ਉਹ ਉਨ੍ਹਾਂ ਇਲਾਕਿਆਂ ਚ ਗਏ ਜਿੱਥੇ ਸ਼ੱਕ ਸੀ ਕਿ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ ਹੋ ਸਕਦੇ ਆ, ਕੁਝ ਪੀੜਤ ਹੋ ਸਕਦੇ, ਉਨ੍ਹਾਂ ਨੂੰ ਜਾ ਕੇ ਕੱਢ ਕੇ ਲਿਆਂਦਾ ਜਾਵੇ ਜੀ। ਜਦੋਂ ਉਥੇ ਗਏ ਤੇ ਉਨ੍ਹਾਂ ਤੇ ਇੱਟ ਵੱਟਾ ਵੀ ਚੱਲਿਆ, ਉਨ੍ਹਾਂ ਨੂੰ ਘੇਰ ਘੇਰ ਕੇ ਕੁੱਟਿਆ ਵੀ ਗਿਆ। ਹੁਣ ਵਿਚੋਂ ਗੱਲ ਇਹ ਨਿਕਲਦੀ ਪਈ ਆ ਕਿ ਉਥੇ ਭੀੜ ਨੂੰ ਇਸ ਗੱਲ ਲਈ ਉਕਸਾਇਆ ਗਿਆ ਸੀ ਕਿ ਇਹ ਲੋਕ ਜਦੋਂ ਆਉਣਗੇ ਇਨ੍ਹਾਂ ਨੇ ਫੜ ਕੇ ਲੈ ਜਾਣਾ, ਜਿਹਨੂੰ ਲੈ ਕੇ 14 ਦਿਨਾਂ ਤੱਕ ਘਰਦਿਆਂ ਨੇ ਮਿਲਣ ਦੇਣਾ ਜੀ। ਅੰਦਰ ਪਤਾ ਨੀ ਕੀ ਤਸੀਹੇ ਦਿੰਦੇ, ਰੋਟੀ ਦਿੰਦੇ ਕਿ ਨਹੀਂ ਦਿੰਦੇ। ਇੱਕ ਥਾਂ ਤੇ ਉਨ੍ਹਾਂ ਨੂੰ ਕੁੱਟਦਿਆਂ ਇਹ ਵੀ ਆਖਿਆ ਗਿਆ, ਤੁਸੀਂ ਲੋਕਾਂ ਨੂੰ ਲੈ ਜਾਂਦੇ ਆ, ਉਥੇ ਖਾਣ ਨੂੰ ਰੋਟੀ ਨਹੀਂ ਦਿੰਦੇ, ਤੁਸੀਂ ਉਥੇ ਲੋਕਾਂ ਨੂੰ ਤੰਗ ਕਰਦੇ ਆ, ਤੁਸੀਂ ਤਾਂ ਮਾਰ ਦਿਓਗੇ। ਇਹ ਸਭ ਕੁਝ ਆਖਿਆ ਗਿਆ। ਜਿਹੜੇ ਡਾਕਟਰ ਲੋਕਾਂ ਦੀ ਸੇਵਾ ਕਰਦੇ ਆ ਉਨ੍ਹਾਂ ਦੇ ਉੱਤੇ ਹਮਲੇ ਕੀਤੇ ਗਏ ਤੇ ਉਹ ਬਹੁਤ ਭੱਦੇ ਸਨ। ਪਰ ਵਿਚਲੀ ਗੱਲ ਕੀ ਨਿਕਲਦੀ ਆ, ਪਾਰਲੀਮੈਂਟ ਮੈਂਬਰ ਆ ਜਾਵੇਦ ਅਲੀ, ਉਹਨੇ ਆਖਿਆ ਜੀ ਮੈਂ ਤੇ ਉਸੇ ਸਮਾਜ ਵਿਚੋਂ ਆ ਜਿਨ੍ਹਾਂ ਨੇ ਹਮਲੇ ਕੀਤੇ ਆ। ਇਹਦਾ ਮਤਲਬ ਉਹਨੇ ਵੀ ਮੰਨ ਲਿਆ ਕਿ ਬਹੁਤਾ ਕਰਕੇ ਹਮਲੇ ਜਿਹੜੇ ਆ ਉਹਦੇ ਭਾਈਚਾਰੇ ਦੇ ਲੋਕਾਂ ਵਿਚੋਂ ਹੋਏ ਆ, ਹਮਲੇ ਦੂਜਿਆਂ ਤੋਂ ਵੀ ਹੋਏ ਆ ਪਰ ਉਸ ਭਾਈਚਾਰੇ ਚ ਵੱਧ ਹੋਏ ਆ। ਉਹਨੇ ਇਹ ਵੀ ਆਖਿਆ ਕਿ ਮੇਰੇ ਭਾਈਚਾਰੇ ਚ ਅਨਪੜ੍ਹਤਾ ਇਹ ਗੱਲ ਫੈਲਾਈ ਗਈ ਆ ਕਿ ਜਿਨ੍ਹਾਂ ਨੂੰ ਲੈ ਜਾਂਦੇ ਆ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਜਾਂਦਾ, ਉਨ੍ਹਾਂ ਨੂੰ ਉਥੇ ਦੁਖੀ ਕੀਤਾ ਜਾਂਦਾ। ਹੁਣ ਜੇ ਪ੍ਰਚਾਰ ਹੋਇਆ ਤੇ ਗਲਤ ਪ੍ਰਚਾਰ ਹੋਇਆ, ਇਹੋ ਜਿਹੇ ਪ੍ਰਚਾਰ ਦੀ ਕਾਟ ਕੀਤੀ ਜਾਣੀ ਚਾਹੀਦੀ ਹੈ। ਮੈਂ ਉਨ੍ਹਾਂ ਲੋਕਾਂ ਨੂੰ ਟੀਵੀ ਦੇ ਉੱਤੇ ਬੋਲਦਿਆਂ, ਇੰਟਰਵਿਊ ਦਿੰਦਿਆਂ ਸੁਣਿਆ, ਵੇਖਿਆ ਜਿਨ੍ਹਾਂ ਨੂੰ ਸਰਕਾਰ ਨੇ, ਅਦਾਲਤ ਨੇ ਜਾਂ ਸਿਹਤ ਵਿਭਾਗ ਨੇ ਘੇਰ ਕੇ ਆਖਿਆ ਕਿ ਤੁਸੀਂ ਪੀੜਤ ਤੋਂ ਤੁਹਾਨੂੰ 14 ਦਿਨ ਕੁਆਰੰਟਾਈਨ ਚ ਰੱਖਣਾ ਪੈਣਾ।
ਜਾਣ ਲੱਗਿਆ ਭੜਕਦੇ ਸੀ, ਪਰ ਜਦੋਂ ਬਾਹਰ ਆਏ ਆ ਜੋ ਟੀਵੀ ਦੇ ਉੱਤੇ ਬੜਾ ਹੱਸ ਹੱਸ ਕੇ ਦੱਸ ਰਿਹਾ ਕਿ ਅੰਦਰ ਤਾਂ ਮੌਜ ਹੀ ਬੜੀ ਸੀ। ਮਿੱਥੇ ਸਮੇਂ ਤੇ ਜਿੰਨੀ ਡਾਕਟਰਾਂ ਨੇ ਡਾਇਟ ਆਖੀ ਸੀ ਉਨੀ ਡਾਇਟ ਸਾਨੂੰ ਖਾਣ ਨੂੰ ਖਾਣਾ ਮਿਲਦਾ ਰਿਹਾ। ਅੰਦਰ ਟੀਵੀ ਸਨ, ਅਖਬਾਰਾਂ ਸਨ, ਸਭ ਕੁਝ, ਸਾਨੂੰ ਪੜ੍ਹਨ ਲਿਖਣ ਦੀ ਸਹੂਲਤ ਵੀ ਪੂਰੀ ਮਿਲਦੀ ਰਹੀ ਹੈ, ਕਿਸੇ ਕਿਸਮ ਦੀ ਸਾਨੂੰ ਪਰੇਸ਼ਾਨੀ ਨਹੀਂ ਸੀ। ਕਦੇ ਕਦੇ ਜੇ ਲੋੜ ਪਵੇ ਤੇ ਘਰਦਿਆਂ ਨਾਲ ਫੋਨ ਤੇ ਗੱਲ ਵੀ ਕਰਾ ਦਿੰਦੇ ਸੀ। ਉਹ ਕਹਿੰਦੇ ਜਦ ਤੱਕ ਅਸੀਂ ਉਥੇ ਚਲੇ ਨਹੀਂ ਗਏ ਸਾਨੂੰ ਪਤਾ ਹੀ ਨਹੀਂ ਸੀ ਕਿ ਇੰਨਾ ਚੰਗਾ ਪ੍ਰਬੰਧ ਵੀ ਹੋ ਸਕਦਾ, ਪਰ ਉਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਸਰਕਾਰ ਨੇ ਇੰਨੇ ਚੰਗੇ ਪ੍ਰਬੰਧ ਕੀਤੇ ਆ ਤੇ ਉਨ੍ਹਾਂ ਪ੍ਰਬੰਧਾਂ ਦਾ ਕਰਕੇ ਅਸੀਂ ਬਚ ਕੇ ਆ ਗਏ, ਸਾਡਾ ਤਾਂ ਦੂਸਰਾ ਜਨਮ ਹੈ। ਹੁਣ ਜਿਹੜੇ ਇੰਨੇ ਲੋਕ ਬਿਮਾਰ ਹੋਏ ਤੇ ਅਸੀਂ ਕਹਿੰਦੇ ਇੰਨੇ ਲੋਕ ਇਹ ਚੋਂ ਰਿਕਵਰੀ ਹੋ ਕੇ ਵਾਪਸ ਆ ਗਏ ਨੇ, ਉਹ ਸਾਰੇ ਤਾਂ ਹੀ ਵਾਪਸ ਆ ਗਏ ਨੇ ਕਿ ਉਨ੍ਹਾਂ ਨੂੰ ਇੰਨੇ ਦਿਨ ਰੱਖਿਆ। ਸਾਡੇ ਪੰਜਾਬ ਦੀ ਮਿਸਾਲ ਆ, ਪਹਿਲਾ ਕੇਸ ਸੀ ਗਿਆਨੀ ਬਲਦੇਵ ਸਿੰਘ ਪਟਲਾਵੇ ਵਾਲਾ, ਉਹਦੇ ਆਪਣੇ ਪਰਿਵਾਰ ਦੇ ਵੀ ਦੋ ਤਿੰਨ ਜੀ, ਉਹਦੇ ਪਿੰਡ ਦੇ ਵੀ, ਆਸੇ ਪਾਸੇ ਦੇ ਵੀ ਕਿੰਨੇ ਲੋਕ ਉਹਦੇ ਨਾਲ ਨੇੜ ਵਾਲੇ ਸਨ ਜਿਹੜੇ ਇਸ ਬਿਮਾਰੀ ਦੇ ਚੱਕਰ ਚ ਫਸ ਗਏ ਸੀ। ਹਸਪਤਾਲ ਚ ਰੱਖੇ ਗਏ, ਇਲਾਜ ਕੀਤਾ ਗਿਆ, ਕੁਆਰੰਟਾਈਨ ਵੀ ਕੀਤਾ ਗਿਆ, ਕਿਸੇ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ, ਉਹਦਾ ਸੰਸਕਾਰ ਵੀ ਹੋਇਆ ਤੇ ਪਰਿਵਾਰ ਦੇ ਲੋਕ ਨਾਲ ਨਹੀਂ ਸਨ, ਸਰਕਾਰੀ ਅਧਿਕਾਰੀਆਂ ਨੇ ਕੀਤਾ ਸੀ। ਪਰ ਨਤੀਜਾ ਕੀ ਹੋਇਆ, ਇਹ ਸਾਰੇ ਪ੍ਰਬੰਧਾਂ ਤੋਂ ਬਾਅਦ ਉਹਦੇ ਪਰਿਵਾਰ ਦਾ ਜਾਂ ਆਂਢ ਗੁਆਂਢ ਦਾ ਉਹਦੇ ਨੇੜ ਵਾਲਾ ਇੱਕ ਵੀ ਬੰਦਾ ਨਹੀਂ ਮਰਿਆ, ਸਿਰਫ ਇੱਕ ਨਾਲ ਦੇ ਪਿੰਡ ਮੋਰਾਂਵਾਲੀ ਦਾ ਸੀ ਜਿਹੜਾ ਬੰਦਾ ਉਦੋਂ ਤੱਕ ਇੰਨਾ ਬਿਮਾਰ ਹੋ ਚੁੱਕਾ ਸੀ ਉਹ ਬਚਾਇਆ ਨਹੀਂ ਜਾ ਸਕਿਆ, ਪਰ ਬਾਕੀ ਦੇ ਤਾਂ ਸਾਰੇ ਬਚਾ ਲਏ। ਪਰ ਜਿਹੜੇ ਬਚ ਕੇ ਆਏ ਨੇ ਉਹ ਸਾਰੇ ਕਹਿੰਦੇ ਜੀ ਡਾਕਟਰਾਂ ਨੇ ਬਚਾ ਲਿਆ, ਜੇ 14 ਦਿਨ ਸਾਨੂੰ ਆਪਣੇ ਕੋਲ ਨਾ ਰੱਖਦੇ, 14 ਦੇ ਵਿੱਚ ਵੀ ਠੀਕ ਨਹੀਂ ਸੀ ਹੋਏ ਕੁਝ, ਉਨ੍ਹਾਂ ਨੂੰ 14 ਹੋਰ ਦਿਨ ਰੱਖਣਾ ਪਿਆ, ਲਗਾਤਾਰ ਟ੍ਰੀਟਮੈਂਟ ਕਰਕੇ ਤੇ ਉਨ੍ਹਾਂ ਦਾ ਇਮਿਊਨ ਸਿਸਟਮ ਬਿਲਡ ਕੀਤਾ ਗਿਆ ਤੇ ਉਹ ਬਚਾ ਕੇ ਲਿਆਂਦੇ ਨੇ। ਤੇ ਜੇ ਬਚਾ ਕੇ ਲਿਆਂਦੇ ਹੋਏ ਨੇ ਜੋ ਤਾਂ ਲੋਕਾਂ ਨੂੰ ਦੱਸਦੇ ਆ ਕਿ ਉੱਥੇ ਇਹੋ ਜਿਹੀ ਕੋਈ ਗਲਤ ਗੱਲ ਨਹੀਂ ਗੀ, ਇਹ ਜਿਹੜੇ ਇਲਾਕਿਆਂ ਚ ਡਾਕਟਰਾਂ ਤੇ ਹਮਲੇ ਹੋਏ ਆ ਉੱਥੇ ਲੋਕਾਂ ਦੇ ਮਨ ਚ ਵਹਿਮ ਹੈ ਕਿ ਇਹਨਾਂ ਡਾਕਟਰਾਂ ਨੇ ਲੈ ਜਾਣਾ। ਆ ਪਾਕਿਸਤਾਨ ਦੇ ਵਿਚ ਅੱਜਕੱਲ ਪੋਲੀਓ ਦੀਆਂ ਜਿਹੜੇ ਡਰਾਪਸ ਲਿਆਉਣ ਵਾਲੇ ਡਾਕਟਰਾਂ ਤੇ ਨਰਸਾਂ ਤੇ ਹਮਲੇ ਹੋ ਰਹੇ, ਉਨ੍ਹਾਂ ਦੇ ਕਤਲ ਕੀਤੇ ਜਾ ਰਹੇ, ਕਿਉਂ? ਕਿਉਂਕਿ ਉੱਥੇ ਵਹਿਮ ਫੈਲਾ ਦਿੱਤਾ ਗਿਆ ਕਿ ਇਹ ਜਿਹੜੀ ਦਵਾਈ ਦਿੰਦੇ ਇਹਦੇ ਨਾਲ ਬੱਚੇ ਮਰ ਜਾਂਦੇ ਆ, ਔਰ ਇਸੇ ਕਰਕੇ ਉੱਥੇ ਅਜੇ ਤੱਕ ਪੋਲੀਓ ਖਤਮ ਨਹੀਂ ਹੋ ਰਿਹਾ। ਇਹ ਜਿਹੜੀ ਅਨਪੜ੍ਹਤਾ, ਜਿਹੜੀ ਇਸ ਤਰ੍ਹਾਂ ਦਾ ਪ੍ਰਚਾਰ ਆ, ਇਹ ਅਜੇ ਸਾਡੇ ਵਾਸਤੇ ਬੜਾ ਵੱਡਾ ਕਲੰਕ ਹੈ। ਸਰਕਾਰ ਨੂੰ ਸਿਰਫ ਸਖ਼ਤੀ ਨਹੀਂ ਕਰਨੀ ਚਾਹੀਦੀ, ਲੋਕਾਂ ਨੂੰ ਸਮਝਾਉਣ ਦੀ ਇੱਕ ਮੁਹਿੰਮ ਵੀ ਚਲਾਉਣੀ ਚਾਹੀਦੀ ਆ ਕਿ ਡਾਕਟਰ ਆਉਂਦੇ ਤੁਹਾਡੇ ਭਲੇ ਵਾਸਤੇ ਇਹ ਕੰਮ ਨਾ ਕਰੋ। ਬਿਲਕੁਲ, ਤੇ ਡਾਕਟਰ ਰਾਹੁਲ ਗਾਂਧੀ ਹੋਰੇ ਕੀ ਕਹਿੰਦੇ ਆ ਜੀ? ਰਾਹੁਲ ਗਾਂਧੀ ਦਾ ਨਾ ਪਤਾ ਨੀ ਕਿਉਂ ਜੋ ਨਾਂ ਹੀ ਲਿਆ ਜਾਂਦਾ, ਲੋਕੀ ਤਾਂ ਹੱਸ ਪੈਂਦੇ ਨੇ। ਪਾਰਲੀਮੈਂਟ ਚ ਉਹਦਾ ਨਾਂ ਅਨਾਊਂਸ ਹੋਵੇ ਕਿ ਰਾਹੁਲ ਗਾਂਧੀ ਬੋਲਣ ਲੱਗਾ, ਕਈ ਲੋਕ ਹੱਸਣ ਲੱਗ ਪੈਂਦੇ ਨੇ। ਉਹਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਤੇ ਆਖਿਆ ਇਹ ਕਿ ਮੈਂ ਕੋਰੋਨਾ ਵਾਇਰਸ ਦੇ ਮੁੱਦੇ ਦੇ ਉੱਤੇ ਕੋਈ ਰਾਜਨੀਤੀ ਨਹੀਂ ਕਰਨੀ, ਮੈਂ ਪ੍ਰਧਾਨ ਮੰਤਰੀ ਨੂੰ ਕੋਈ ਨੁਕਸ ਨਹੀਂ ਉਹਦੇ ਕੱਢਨੇ, ਜਦੋਂ ਸਾਰਾ ਕੋਰੋਨਾ ਦਾ ਸੰਕਟ ਓਵਰ ਹੋ ਜਾਵੇਗਾ, ਇਸ ਬਿਮਾਰੀ ਤੇ ਕਾਬੂ ਪਾ ਲਿਆ ਜਾਵੇਗਾ, ਇਹਦੇ ਵਿਚ ਜਿਹੜੀਆਂ ਕਮੀਆਂ ਕਮਜ਼ੋਰੀਆਂ ਨੇ ਉਹ ਸਾਰੀਆਂ ਅਸੀਂ ਉਦੋਂ ਬੈਠ ਕੇ ਗਿਣਾਂਗੇ, ਅੱਜ ਨਹੀਂ ਗਿਣਨੀਆਂ। ਅੱਜ ਅਸੀਂ ਪ੍ਰਧਾਨ ਮੰਤਰੀ ਦੇ ਨਾਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਜੋ ਵੀ ਕਰਨ ਅਸੀਂ ਉਹਦੀ ਹਮਾਇਤ ਕਰਾਂਗੇ, ਇੰਨੀ ਗੱਲ ਚੰਗੀ ਸੀ। ਦੂਜਾ ਉਹਨੇ ਕਹਿਤਾ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਤਾਂ ਆਰਥਿਕਤਾ ਦਾ ਖਿਆਲ ਰੱਖਣਾ ਚਾਹੀਦਾ, ਇੱਕ ਤਰਫਾ ਧਿਆਨ ਨਾ ਹੋਵੇ ਉਹਨੇ ਬਚਾ ਕੇ ਰੱਖਿਓ, ਇੰਨੀ ਗੱਲ ਸਹਿਣੀ ਕੀਤੀ। ਨਾਲ ਦੂਸਰੇ ਸੁਝਾਅ ਨੇ ਇਹ ਦਿੱਤਾ, ਦੂਸਰਾ ਸੁਝਾਅ ਕਿ ਕੇਰਲਾ ਦੇ ਮਾਡਲ ਤੋਂ ਸਿੱਖੋ। ਕੇਰਲਾ ਦੇ ਮਾਡਲ ਤੋਂ ਸਿੱਖਣ ਵਾਲੀ ਗੱਲ ਉਹਦੀ ਠੀਕ ਸੀ, ਕਿਉਂਕਿ ਕੇਰਲਾ ਦੇ ਵਿਚ ਜਿਸ ਤਰ੍ਹਾਂ ਉਥੇ ਕੇਰਲਾ ਦੀ ਸਰਕਾਰ ਨੇ ਬਚਾਇਆ ਸੀ ਸਾਰਿਆਂ ਨੂੰ ਪਤਾ ਸੀ, ਪਰ ਜਿਹੜੀ ਨਿਕੰਮੀ ਗੱਲ ਉਹ ਕਰ ਗਿਆ ਉਹ ਇਹ ਕਿ ਕਹਿੰਦਾ ਚੱਲੇ ਕੇਰਲਾ ਦੇ ਮਾਡਲ ਤੋਂ ਨੀ, ਵਾਇਨਾਡ ਦੇ ਮਾਡਲ ਤੋਂ ਸਿੱਖੋ। ਵਾਇਨਾਡ ਉਹ ਪਾਰਲੀਮੈਂਟ ਸੀਟ ਹੈ ਜਿੱਥੋਂ ਇਹ ਜਿੱਤ ਕੇ ਆਇਆ, ਇਹਦੀ ਪੁਰਾਣੀ ਅਮੇਠੀ ਸੀਟ ਤੇ ਸਿਮਰਤੀ ਇਰਾਨੀ ਨੇ ਕਬਜ਼ਾ ਕਰ ਲਿਆ। ਇਹ ਕੇਰਲਾ ਦੇ ਵਾਇਨਾਡ ਤੋਂ ਜਾ ਕੇ ਚੋਣ ਲੜਿਆ ਤੇ ਉਥੇ ਜਿੱਤ ਕੇ ਆ ਗਿਆ ਤੇ ਕਹਿੰਦਾ ਵਾਇਨਾਡ ਤੋਂ ਸਿੱਖੋ। ਵਾਇਨਾਡ ਤੋਂ ਸਿੱਖਣਾ ਕੀ ਆ, ਉਥੇ ਤੇ ਕੇਸ ਹੀ ਕੁੱਲ 3 ਹੋਏ, ਇਨ੍ਹਾਂ ਚੋਂ ਇੱਕ ਅਜੇ ਹਸਪਤਾਲ ਪਿਆ ਤੇ 2 ਰਿਕਵਰ ਹੋ ਗਏ, ਮੌਤ ਕੋਈ ਨਹੀਂ ਹੋਈ। ਉਹਦੇ ਤੋਂ ਕੀ ਸਿੱਖਿਆ ਜਾ ਸਕਦਾ ਜਿੱਥੇ ਬਿਮਾਰੀ ਗਈ ਨਹੀਂ, ਸਿੱਖੀ ਦਾ ਉਥੋਂ ਜਿੱਥੇ ਬਿਮਾਰੀ ਗਈ ਹੈ ਤੇ ਕਾਬੂ ਪਾਇਆ ਗਿਆ। ਕੇਰਲਾ ਦਾ ਇੱਕ ਜ਼ਿਲ੍ਹਾ ਕਾਸਰਗੋੜਾ, ਉਹਦਾ ਕਾਸਰਗੋੜਾ ਉਹਦੇ ਚ 167 ਕੇਸ ਆਏ ਸੀ, ਉਨ੍ਹਾਂ ਚੋਂ 84 ਅਜੇ ਹਸਪਤਾਲ ਚ ਅਤੇ 83 ਠੀਕ ਹੋ ਗਏ। 84-83 ਨਾਲ ਜੁੜਦੇ ਅੱਖਰਿਆਂ ਦਾ ਮਤਲਬ 50% ਰਿਕਵਰੀ ਵਿਖਾਤੀ ਉਹਨਾਂ, ਜਿਨ੍ਹਾਂ 50% ਰਿਕਵਰੀ ਵਿਖਾਈ ਤੇ ਮੌਤ ਇੱਕ ਵੀ ਨਹੀਂ ਆਉਣ ਦਿੱਤੀ। ਜੇ ਸਿੱਖਣਾ ਤੇ ਉਹਦੇ ਤੋਂ ਸਿੱਖਣਾ ਚਾਹੀਦਾ।
ਉਥੋਂ ਦਾ ਇੱਕ ਜ਼ਿਲ੍ਹਾ ਕਨੂਰ ਹੈ ਜੀ, ਉਹ ਚ 78 ਕੇਸ ਆਏ, 17 ਚੋਂ 41 ਹਸਪਤਾਲ ਚ ਨੇ, 37 ਉਨ੍ਹਾਂ ਨੇ ਰਿਕਵਰ ਕਰ ਲਿਆ। ਇਹਦਾ ਮਤਲਬ ਕਿ 48% ਰਿਕਵਰੀ ਤੇ ਉਨ੍ਹਾਂ ਦੀ ਵੀ ਹੈ, ਤੇ ਮੌਤ ਉਨ੍ਹਾਂ ਇੱਕ ਵੀ ਨਹੀਂ ਹੋਣ ਦਿੱਤੀ। ਉਥੋਂ ਸਿੱਖਣਾ ਚਾਹੀਦਾ। ਏਰਨਾਕੁਲਮ ਜ਼ਿਲ੍ਹਾ, ਉਥੇ 24 ਕੇਸ ਆਏ ਸੀ, 24 ਚੋਂ 17 ਰਿਕਵਰ ਕਰ ਲਏ, 6 ਹਸਪਤਾਲ ਚ ਨੇ ਤੇ 1 ਬੰਦੇ ਦੀ ਮੌਤ ਹੋਈ ਹੈ। ਜਿੱਥੇ 24 ਚੋਂ 1 ਮੌਤ, 17 ਬਚਾਰੇ ਤੇ ਘਰ ਲਿਆਂਦੇ ਆ, 6 ਹਸਪਤਾਲ ਚ ਨੇ। ਸਿੱਖਣਾ ਤੇ ਉਹਦੇ ਤੋਂ ਸਿੱਖਣਾ ਚਾਹੀਦਾ। ਤੇ ਉਹ ਕਹਿੰਦਾ ਵਾਇਨਾਡ ਤੋਂ ਸਿੱਖੋ, ਮੇਰੇ ਪਾਰਲੀਮੈਂਟਰੀ ਹਲਕੇ ਤੋਂ ਸਿੱਖੋ। ਜਿੱਥੇ ਕੇਸ ਹੀ 3 ਹੋਏ, 3 ਚੋਂ 2 ਠੀਕ ਹੋ ਗਏ ਤੇ 1 ਹਸਪਤਾਲ ਜੇ ਪਿਆ, ਉਹਦੇ ਤੋਂ ਕੀ ਸਿੱਖਿਆ ਜਾ ਸਕਦਾ? ਸਿੱਖੀ ਦਾ ਉੱਥੇ ਆ ਜਿੱਥੇ ਮੁਸੀਬਤ ਪਈ ਸੀ ਤੇ ਉਹਦੇ ਬਾਵਜੂਦ ਐਡਮਿਨਿਸਟ੍ਰੇਸ਼ਨ ਨੇ ਕੰਮ ਕੀਤਾ। ਸਾਡੇ ਨਵੇਂ ਸ਼ਹਿਰ ਚ ਸਭ ਤੋਂ ਪਹਿਲਾਂ ਕੇਸ ਸੀ ਗਿਆਨੀ ਬਲਦੇਵ ਸਿੰਘ ਪਠਲਾਵੇ ਵਾਲਾ, ਉਹਦੇ ਬਾਅਦ ਨਵੇਂ ਸ਼ਹਿਰ ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਨੇ ਇੰਨੀ ਸਖਤੀ ਨਾਲ ਕੰਮ ਕੀਤਾ ਕਿ ਉਸ ਤੋਂ ਬਾਅਦ ਦੂਸਰੀ ਮੌਤ ਉਸ ਜ਼ਿਲ੍ਹੇ ਚ ਨਹੀਂ ਹੋਣ ਦਿੱਤੀ ਉਹਨਾਂ ਅਜੇ ਤੱਕ। ਸਾਰਾ ਜ਼ਿਲ੍ਹਾ ਉਹਨਾਂ ਬਚਾ ਕੇ ਰੱਖ ਲਿਆ। ਸਿੱਖਿਆ ਉਹ ਤੋਂ ਜਾ ਸਕਦਾ। ਸਾਡੇ ਮੋਹਾਲੀ ਜ਼ਿਲ੍ਹੇ ਦੇ ਵਿੱਚ 56 ਕੇਸ ਨੇ, ਮੌਤ ਇੱਕੋ ਹੀ ਆ। 38 ਕੇਸ ਇੱਕੋ ਪਿੰਡ ਜਵਾਹਰਪੁਰ ਚ ਨੇ। ਹੁਣ ਕੱਲ ਇੱਕ ਹੋਰ ਮੌਤ ਹੋ ਗਈ, 2 ਹੋ ਗਈਆਂ ਨੇ। ਹੁਣ ਜਿਹੜੇ ਪਿੰਡ ਚ 38 ਕੇਸ ਸੀ ਉਹਨਾਂ ਚ 1 ਮੌਤ ਹੋਈ ਆ ਤੇ 37 ਲੋਕ ਅਜੇ ਤੱਕ ਬਚਾ ਕੇ ਰੱਖੇ ਆ, ਸਰਕਾਰ ਇਲਾਜ ਕਰਦੀ ਪਈ ਆ। ਸਿੱਖਣਾ ਤੋਂ ਸਿੱਖਿਆ ਜਾ ਸਕਦਾ। ਉਹ ਕਹਿੰਦਾ ਵਾਇਨਾਡ ਤੋਂ ਸਿੱਖੋ, ਜਿੱਥੋਂ ਮੈਂ ਜਿੱਤ ਕੇ ਆਇਆ, ਵਿਚਾਰਾ ਨਾ ਮਸਾ ਉਥੋਂ ਤੱਕ ਹੀ ਤਾਰੀ ਲਾਉਣ ਜੋਗਾ ਜੀ। ਤੇ ਪੰਚ ਸਾਹਿਬ, ਪੰਜਾਬ ਦੀ ਜੇ ਗੱਲ ਕਰੀਏ ਤਾਂ ਲੁਧਿਆਣਾ ਜ਼ਿਲ੍ਹਾ ਵੀ ਇਸ ਵਕਤ ਹੌਟਸਪੌਟ ਤੇ ਹੈ, ਔਰ ACP ਵੈਂਟੀਲੇਟਰ ਤੇ ਉਹਦੇ ਨਾਲ ਜੁੜੇ ਕਈ ਮਾਮਲੇ ਆ ਗਏ ਨੇ। ਇੱਕ ਉਥੇ ਕਾਨੂੰਗੋ ਸੀ, ਕਾਨੂੰਗੋ ਦੀ ਅੱਜ ਮੌਤ ਦੀ ਖ਼ਬਰ ਆ ਗਈ ਹੈ। ਤੇ ਹੁਣੇ ਇੱਕ ਹੋਰ ਫਲੈਸ਼ ਹੋਈ ਹੈ ਕਿ ਮੰਡੀ ਅਫਸਰ ਤੈਨਾਤ ਸੀ ਉਥੇ, ਇੱਕ ਬੀਬੀ, ਉਹ ਵੀ ਪਾਜ਼ੇਟਿਵ ਆ ਗਈ ਹੈ ਤੇ ਉਹ ਮੰਡੀਆਂ ਦਾ ਦੌਰਾ ਵੀ ਕਰਦੀ ਰਹੀ ਹੈ, ਮੀਟਿੰਗ ਵੀ ਕਰਦੀ ਰਹੀ ਹੈ। ਦੇਖੋ, ਸਾਡੇ ਪੰਜਾਬ ਦੇ ਵਿਚ ਜਿਹੜਾ ਰੈਡ ਜ਼ੋਨ ਹੈ ਜੀ, ਉਹਦੇ ਚ 4 ਜ਼ਿਲ੍ਹੇ ਰੱਖੇ ਗਏ। ਮੋਹਾਲੀ ਆ, ਜਿਹਦੇ ਵਿਚ ਸਭ ਤੋਂ ਵੱਧ ਕੇਸ ਨੇ 56, 38 ਤੇ ਮੈਂ ਦੱਸਦਾ ਇੱਕੋ ਪਿੰਡ ਦੇ, ਉਨ੍ਹਾਂ ਚੋਂ ਇੱਕ ਹੁਣ ਮਰ ਗਿਆ, ਇੱਕ ਪਹਿਲਾਂ ਉਹ ਨਵਾਂ ਗਾਉਂ ਚ ਮਰ ਗਿਆ ਸੀ। ਬਾਕੀ ਦੇ ਕੇਸ ਉਥੇ ਕਾਫੀ ਨੇ ਤੇ, ਪਰ ਫਿਰ ਵੀ ਸਰਕਾਰ ਕੰਟਰੋਲ ਕਰ ਰਹੀ ਹੈ, ਉਹ ਰੈਡ ਜ਼ੋਨ ਚ ਆ। ਜਲੰਧਰ ਦੇ ਵਿਚ ਕੱਲ ਤੇ ਅੱਜ ਅਚਾਨਕ 6 ਕੇਸ ਕੱਲ ਆਏ ਸੀ, ਅੱਜ ਫਿਰ ਕੁਝ ਕੇਸ ਆਏ ਆ, ਹੁਣ 40 ਦੇ ਨੇੜੇ ਪਹੁੰਚ ਗਏ ਆ। ਇੱਥੇ ਵੀ ਰੈਡ ਜ਼ੋਨ ਹੈ। ਨਵਾਂ ਸ਼ਹਿਰ ਭਾਵੇਂ ਉਨ੍ਹਾਂ ਨੇ ਬਹੁਤ ਬਚਾਅ ਕਰ ਲਿਆ, ਅਜੇ ਰੈਡ ਜ਼ੋਨ ਚ ਰੱਖਿਆ ਜਾ ਰਿਹਾ। ਪਠਾਨਕੋਟ ਅਜੇ ਤੱਕ ਰੈਡ ਜ਼ੋਨ ਚ ਰੱਖਿਆ ਜਾ ਰਿਹਾ। ਉਹਦੇ ਤੋਂ ਬਾਅਦ ਕੁਝ ਕਲਸਟਰ ਹਾਟਸਪੌਟ ਨੇ, ਉਨ੍ਹਾਂ ਚ ਅੰਮ੍ਰਿਤਸਰ ਤੇ ਲੁਧਿਆਣਾ ਅੱਜ ਤੱਕ ਕਲਸਟਰ ਸੀਗੇ, ਹਾਟਸਪੌਟ ਸੀਗੇ। ਭਲਕੇ ਸਵੇਰ ਤੱਕ ਮੇਰਾ ਖਿਆਲ ਲੁਧਿਆਣੇ ਨੂੰ ਰੈਡ ਜ਼ੋਨ ਚ ਪਾ ਦੇਣਗੇ, ਕਿਉਂਕਿ ਉਹਦੇ ਵਿਚ ਇਕ ਮੌਤ, 2 ਮੌਤਾਂ ਪਹਿਲਾਂ ਸੀ ਤੇ 1 ਮੌਤ ਅੱਜ ਹੋਰ ਹੋ ਗਈ ਆ ਕਾਨੂੰਗੋ ਵਾਲੀ। ਕੇਸ ਵੱਧ ਰਿਹਾ, ACP ਵੈਂਟੀਲੇਟਰ ਤੇ ਆ। ACP ਦੀ ਪਤਨੀ ਬਾਰੇ ਵੀ ਪਤਾ ਲੱਗਾ ਕਿ ਪਾਜ਼ੇਟਿਵ ਆਈ ਹੈ। ਉਹਦੇ ਨਾਲ ਜਿਹੜੇ SHO 3 ਲੱਗੇ ਸਨ, ਉਨ੍ਹਾਂ ਚੋਂ ਇਕ SHO ਵੀ ਕਹਿੰਦੇ ਪਾਜ਼ੇਟਿਵ ਆਇਆ। ਉਹਦਾ ਕਰਕੇ ਉਹ ਮੈਨੂੰ ਲੱਗਦਾ ਕਿ ਲੁਧਿਆਣਾ ਜ਼ਿਲ੍ਹਾ ਵੀ ਕੱਲ ਨੂੰ ਹਾਟਸਪੌਟ ਤੋਂ ਕੱਢ ਕੇ ਰੈਡ ਜ਼ੋਨ ਚ ਪਾ ਸਕਦੇ ਆ। ਕੁਝ ਜ਼ਿਲ੍ਹੇ ਆ ਜਿਨ੍ਹਾਂ ਚ ਸਮੱਸਿਆ ਹੈਗੀ ਆ, ਪਰ ਜੇ ਹਾਟਸਪੌਟ ਨਹੀਂ ਗਏ, ਉਹਨੂੰ ਨਾਨ ਹਾਟਸਪੌਟ ਰੱਖਿਆ। ਉਨ੍ਹਾਂ ਚੋਂ ਹੁਸ਼ਿਆਰਪੁਰ ਹੈ, ਰੋਪੜ, ਇਨ੍ਹਾਂ ਦੋਵਾਂ ਚ ਇਕ ਇਕ ਮੌਤ ਹੋ ਚੁੱਕੀ ਹੈ। ਬਰਨਾਲੇ ਚ ਇਕ ਮੌਤ ਹੋ ਚੁੱਕੀ ਹੈ। ਫਰੀਦਕੋਟ, ਫਤਿਹਗੜ੍ਹ ਸਾਹਿਬ, ਸੰਗਰੂਰ, ਕਪੂਰਥਲਾ, ਪਟਿਆਲਾ, ਮੁਕਤਸਰ, ਜਿਹੜਾ ਫਿਰੋਜ਼ਪੁਰ ਹੈ, ਇਹ ਕੱਲ ਤੱਕ ਨਾਨ ਹਾਟਸਪੌਟ ਵਿਚ ਵੀ ਨਹੀਂ ਸੀ, ਕਿਸੇ ਗਿਣਤੀ ਚ ਨਹੀਂ ਸੀ, ਕਿਉਂਕਿ ਇੱਥੇ ਕੋਈ ਨਾ ਮੌਤ ਹੋਈ ਨਾ ਕੇਸ ਹੋਇਆ ਸੀ। ਪਰ ਅੱਜ ਸਵੇਰੇ ਇਸ ਜ਼ਿਲ੍ਹੇ ਚ ਪਹਿਲਾ ਕੇਸ ਆਇਆ, ਇਸ ਕਰਕੇ ਨਾਨ ਹਾਟਸਪੌਟ ਦੇ ਵਿਚ ਹੋਊਗਾ। ਹਾਟਸਪੌਟ ਅਜੇ ਨਹੀਂ ਬਣਿਆ, ਪਰ ਨਾਨ ਹਾਟਸਪੌਟ ਦੇ ਵਿਚ ਅਫੈਕਟਡ ਚ ਆ ਗਿਆ। 3 ਜ਼ਿਲ੍ਹੇ ਸਾਡੇ ਅਜੇ ਤੱਕ ਉਹ ਨੇ ਜਿਨ੍ਹਾਂ ਚ ਕਿਸੇ ਕਿਸਮ ਦੀ ਕੋਈ ਨਾ ਮੌਤ ਹੋਈ ਨਾ ਕੇਸ ਆਇਆ, ਉਹ ਬਚੇ ਹੋਏ ਨੇ, ਉਹ ਆ ਬਠਿੰਡਾ, ਫਾਜ਼ਿਲਕਾ ਤੇ ਤਰਨ ਤਾਰਨ। ਅਸੀਂ ਸੁੱਖ ਮੰਗਾਂਗੇ ਕਿ ਜਿਹੜੇ ਜ਼ਿਲ੍ਹੇ ਬਚੇ ਆ ਉਹ ਬਚੇ ਰਹਿਣ, ਪਰ ਇਸ ਵੇਲੇ ਬਹੁਤੀ ਸਮੱਸਿਆ ਜਿਹੜੀ ਜਾਪਦੀ ਆ ਜੀ, ਉਹ ਮੋਹਾਲੀ, ਲੁਧਿਆਣਾ, ਜਲੰਧਰ, ਇਨ੍ਹਾਂ 3 ਚ ਵੱਧ ਜਾਪਦੀ ਆ, ਜਾਂ ਫਿਰ ਜੇ ਹੈਗੀ ਆ ਤੇ ਪਠਾਨਕੋਟ ਤੇ ਅੰਮ੍ਰਿਤਸਰ ਚ ਆ। ਇਹਦੇ ਬਾਰੇ ਧਿਆਨ ਰੱਖਣਾ ਪਊ ਸਰਕਾਰ ਨੂੰ, ਤੇ ਇਨ੍ਹਾਂ ਥਾਵਾਂ ਦੇ ਲੋਕਾਂ ਨੂੰ ਵੀ ਕਾਫੀ ਚੌਕਸੀ ਰੱਖਣੀ ਪਊ, ਨਹੀਂ ਤੇ ਬਿਮਾਰੀ ਝਟਕਾ ਦੇ ਸਕਦੀ ਆ। ਬਿਲਕੁਲ। ਤੇ ਪੰਨ ਸਾਹਿਬ, ਖ਼ਬਰਾਂ ਸਾਰਾ ਤਾਂ ਲਗਭਗ ਜਿੰਨੀਆਂ ਵੀ ਆ ਸਾਡੇ ਕੋਲ ਕੋਰੋਨਾ ਨਾਲ ਸੰਬੰਧਿਤ ਹੀ ਹੈ। ਅੱਜਨਾਮਾ ਕੀ ਹੈ ਜੀ? ਅੱਜਨਾਮਾ ਇਹ ਕਹਿੰਦਾ ਕਿ ਜਾਪਾਨ ਦੇ ਵਿਚ ਪਹਿਲਾਂ ਬਿਮਾਰੀ ਉੱਠੀ ਤੇ ਉਨ੍ਹਾਂ ਸੰਭਾਲ ਲਈ ਸੀ, ਲਾਪਰਵਾਹੀ ਕੀਤੀ ਤੇ ਹੁਣ ਫਿਰ ਉੱਠਣ ਲੱਗ ਪਈ ਆ ਜੀ। ਉਥੋਂ ਦੇ ਲੋਕ ਭੜਕਦੇ ਨੇ, ਜਿਹੜੇ ਉਹਨੂੰ ਆਪਣੇ ਪ੍ਰਧਾਨ ਮੰਤਰੀ ਨੂੰ ਗੁੱਡ ਗੁੱਡ ਕਰਦੇ ਸੀ, ਅੱਜ ਉਹਦੇ ਨੁਕਸ ਕੱਢ ਰਹੇ ਨੇ।
ਉਹਦੀ ਗੁੱਡ ਕੰਮ ਨਹੀਂ ਆ ਰਹੀ। ਉੱਥੇ ਲਿਖਿਆ ਚਲਦੀ ਚਰਚਾ ਜਪਾਨ ਦੀ ਬਹੁਤ ਸੀਗੀ, ਕਰੋਨਾ ਕਹਿਰ ਨੂੰ ਲਿਆ ਉਸ ਰੋਕ ਬੇਲੀ, ਸੁਣਿਆ ਸੀਗਾ ਕਿ ਸ਼ਿੰਜੋ ਨੇ ਕਰੀ ਹਿੰਮਤ, ਬਚਾਲੇ ਮਰਨ ਤੋਂ ਉਸ ਹਨ ਲੋਕ ਬੇਲੀ, ਇਲਾਜ ਵੱਲੋਂ ਵੀ ਕੋਈ ਨਾ ਕਸਰ ਰੱਖੀ, ਸਾਰੀ ਤਾਕਤ ਹੀ ਦਿੱਤੀ ਸੀ ਝੋਕ ਬੇਲੀ, ਦਾਵੇ ਫੋਕਿਆਂ ਕਦੀ ਨੀ ਪਾਰ ਲਾਉਣਾ, ਤਿੱਖੀ ਬਾੜੀ ਇਸ ਮਰਜ ਦੀ ਨੋਕ ਬੇਲੀ। ਬਾਕੀ ਚਾਰ ਲਾਈਨਾਂ ਪਰਤਿਆ ਕਹਿਰ, ਦੋਹਰੀ ਵਾਰੀ ਕਹਿਰ ਪਿਆ, ਪਰਤਿਆ ਕਹਿਰ ਤਾਂ ਵੇਖ ਹਨ ਲੋਕ ਭੜਕੇ, ਗਈ ਸਰਕਾਰ ਦੀ ਨੀਂਦ ਫਿਰ ਉੱਡ ਬੇਲੀ, ਕੀਤੇ ਕੰਮਾਂ ਹੀ ਆਖਿਰ ਵਿਚ ਪਾਰ ਲਾਉਣਾ, ਆਉਣੀ ਕੰਮ ਨੀ ਮੁਫ਼ਤ ਦੀ ਗੁੱਡ ਬੇਲੀ। ਉੱਥੇ ਰੌਲਾ ਇਹ ਹੈ ਕਿ ਗੁੱਡ ਗੁੱਡ ਕਰਦੇ ਰਹੇ ਆ ਤੇ ਆਪਣੇ ਘਰ ਚ ਬੈਠਾ ਕਤੂਰੇ ਨਾਲ ਖੇਡਦਾ ਰਿਹਾ, ਉਹਦੀਆਂ ਫੋਟੋ ਬਹੁਤ ਆਉਂਦੀਆਂ ਸਨ, ਤੇ ਲਾਪਰਵਾਹੀ ਕੀਤੀ ਜਿਹੜੀ ਆ ਉਹਨੇ ਉਹਦੀ ਗੁੱਡ ਖਰਾਬ ਕਰਤੀ ਆ। ਜੀ ਬਹੁਤ ਮਿਹਰਬਾਨੀ ਪੰਨੂ ਸਾਹਿਬ, ਤੁਸੀਂ ਜੁੜੇ ਹੋ, ਆਪਣਾ ਖਿਆਲ ਰੱਖੋ ਤੇ ਅਗਲੇ ਹਫ਼ਤੇ। ਮਿਹਰਬਾਨੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ। ਬਹੁਤ ਮਿਹਰਬਾਨੀ ਜੀ। ਸੋ ਦੋਸਤੋ, ਜਤਿੰਦਰ ਪੰਨੂ ਜੀ ਦੇ ਨਾਲ ਆਪਾਂ ਜੁੜੇ ਹੋਏ ਸੀ, ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਅਗਲੀ ਖਬਰ ਸਾਰ ਲੈ ਕੇ ਹਾਜ਼ਰ ਹੁੰਦੇ ਹਾਂ।